ਖੁਦਾਵੰਦ ਦੇ ਮੁਬਾਰਕ ਅਜ਼ੀਮ ਜਲਾਲੀ ਨਾਮ ਵਿੱਚ ਸਲਾਮ ਜੈ ਮਸੀਹ ਕੀ ਔਰ ਵੈਲਕਮ ਟੂ ਦ ਪ੍ਰੋਗਰਾਮ ਜੀ ਆਈ ਐਮ Deuteronomy chapter 6 verses 6 and 7 ਦੇ ਵਿੱਚ ਲਿਖਿਆ These words which I am commanding you today shall be on your heart. You shall teach them diligently to your sons and shall talk of them when you sit in your house and when you walk by the way and when you lie down and when you rise up. Amen. ਅੱਜ ਮੇਰੇ ਮਹਿਮਾਨ ਹੈ ਇਵੈਂਜਲਿਸਟ ਰਤਨ ਜੀ ਬ੍ਰਦਰ ਰਤਨ ਜੀ ਉੱਠਦੇ ਬੈਠਦੇ ਤੁਰਦੇ ਔਰ ਈਵਨ ਲੇਟਦੇ ਹੋਏ ਵੀ ਪ੍ਰਭੂ ਯਿਸੂ ਮਸੀਹ ਦੇ ਗਵਾਹੀ ਦਿੰਦੇ ਹੈਗੇ ਅੱਜ ਇਹਨਾਂ ਨਾਲ ਤੁਹਾਡੀ ਮੈਂ ਮੁਲਾਕਾਤ ਕਰਾਉਣ ਵਾਲਾ ਹੈਗਾ ਹਾਂ ਔਰ ਮੈਨੂੰ ਪਤਾ ਹੈਗਾ ਕਿ ਤੁਸੀਂ ਬੜੇ ਬਲੈਸਡ ਹੋਵੋਗੇ ਜੈ ਮਸੀਹ ਕੀ ਰਤਨ ਸਾਜੀ ਔਰ ਵੈਲਕਮ ਟੂ ਦ ਪ੍ਰੋਗਰਾਮ ਜੀ ਆਇਆਂ ਨੂੰ ਔਰ ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਤਾਂ ਸਾਡੇ ਕੋਲ ਤੁਸੀਂ ਆਏ ਹੈਗੇ ਹਾਂ ਧੰਨਵਾਦ ਜੀ ਸ਼ੁਰੂਆਤ ਦੇ ਵਿੱਚ ਆਪਾਂ ਛੋਟੀ ਜਿਹੀ ਪ੍ਰਾਰਥਨਾ ਕਰਦੇ ਹੈਗੇ ਮੇਰੇ ਭਰਾ ਤੁਸੀਂ ਕਰੋ ਕਿ ਜਿੰਨੇ ਵੀ ਸਰੋਤੇ ਇਸ ਵੇਲੇ ਜੁੜੇ ਹੋਏ ਹੈਗੇ ਆ ਔਰ ਕੋਣੀ ਕੋਣੀ ਦੁਨੀਆ ਦੇ ਵਿੱਚੋਂ ਤਾਂ ਮੈਂ ਉਹਨਾਂ ਨੂੰ ਤੁਸੀਂ ਦੁਆ ਕਰਕੇ ਤਾਂ ਉਹਨਾਂ ਨੂੰ ਬਰਕਤ ਦੇਵੋ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਪਿਆਰੇ ਪਿਤਾ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਸਮੇਂ ਦੇ ਲਈ ਅੱਜ ਦੇ ਦਿਨ ਦੇ ਲਈ ਪ੍ਰਭੂ ਤੇਰਾ ਸ਼ੁਕਰ ਕਰਦੇ ਹਾਂ ਤੂੰ ਸਾਨੂੰ ਜਿਉਂਦਿਆਂ ਦੀ ਧਰਤੀ ਉੱਤੇ ਰੱਖਿਆ ਔਰ ਤੇਰਾ ਧੰਨਵਾਦ ਕਰਦੇ ਹਾਂ ਇਸ ਸੋਹਣੇ ਮੌਕੇ ਦੇ ਲਈ ਖੁਦਾਵੰਦ ਜਿੰਨੇ ਵੀ ਮੇਰੇ ਭੈਣ ਭਾਈ ਇਸ ਵੇਲੇ ਪ੍ਰਭੂ ਜੀ ਸਾਡੀ ਆਵਾਜ਼ ਨੂੰ ਸੁਣਦੇ ਆ ਉਹਨਾਂ ਦੇ ਉੱਤੇ ਮੈਂ ਤੁਹਾਡੀ ਆਸ਼ੀਸ਼ ਤੁਹਾਡੀ ਬਰਕਤ ਚਾਹੁੰਦਾ ਔਰ ਪ੍ਰਭੂ ਜੀ ਬਹੁਤ ਸਾਰੇ ਦਿਲਾਂ ਦੇ ਵਿੱਚ ਖੁਦਾਵੰਦ ਦੇ ਬਚਨ ਦੇ ਨਾਲ ਇਹਨਾਂ ਸ਼ਬਦਾਂ ਦੇ ਨਾਲ ਪਰਮੇਸ਼ੁਰ ਦੇ ਨਾਲ ਉਹਨਾਂ ਦੇ ਦਿਲਾਂ ਦੇ ਵਿੱਚ ਤੇਰੀ ਖੁਸ਼ੀ ਤੇਰੀ ਸ਼ਾਂਤੀ ਤੇਰਾ ਆਨੰਦ ਆਵੇ ਹਾਲੇਲੂਇਆ ਕਿਉਂਕਿ ਤੇਰੇ ਬਚਨ ਦੇ ਨਾਲ ਹੀ ਸਾਨੂੰ ਆਨੰਦ ਔਰ ਸ਼ਾਂਤੀ ਮਿਲਦੀ ਹੈ ਹਾਲੇਲੂਇਆ ਤੇਰਾ ਧੰਨਵਾਦ ਕਰਦਾ ਖੁਦਾਵੰਦ ਇਸ ਮੌਕੇ ਨੂੰ ਆਪਣੇ ਹੱਥਾਂ ਵਿੱਚ ਲਵੋ ਔਰ ਆਪਣੀ ਮਰਜ਼ੀ ਦੇ ਮੁਤਾਬਕ ਸਾਨੂੰ ਇਸਤੇਮਾਲ ਕਰੋ ਯਿਸੂ ਮਸੀਹ ਦੇ ਪਾਕ ਅਤੇ ਪਵਿੱਤਰ ਨਾਮ 'ਚ ਮੈਂ ਮੰਗਦਾ ਹਾਂ ਆਮੇਨ ਯਿਸੂ ਮਸੀਹ ਦੀ ਜੈ ਅੱਛਾ ਜੀ ਆਪਾਂ ਇੰਟਰੋਡਕਸ਼ਨ ਦੇ ਵਿੱਚ ਮੈਂ ਪੜ੍ਹਿਆ ਹੈਗਾ ਡਿਊਟਰੋਨਮੀ ਚੈਪਟਰ 6 ਵਰਸਿਸ 6 ਐਂਡ 7 ਦੇ ਵਿੱਚ ਹਾਂਜੀ ਔਰ ਉਹਦੇ ਵਿੱਚ ਖੁਦਾਵੰਦ ਦੇ ਕਲਾਮ ਦੇ ਵਿੱਚ ਲਿਖਿਆ ਹੈਗਾ ਔਰ ਮੇਰੇ ਇੰਟਰੋਡਕਸ਼ਨ ਦੇ ਵਿੱਚ ਵੀ ਸੀਗਾ ਰਤਨ ਭਾਅ ਜੀ ਤੁਸੀਂ ਉੱਠਦੇ ਬੈਠਦੇ ਤੁਰਦੇ ਔਰ ਲੇਟੇ ਹੋਏ ਵੀ ਖੁਦਾਵੰਦ ਦੀ ਗਵਾਹੀ ਦਿੰਦੇ ਹੈਗੇ ਹਾਂਜੀ ਤਾਂ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਆਪਣੀ ਜ਼ਰੂਰ ਗਵਾਹੀ ਵੀ ਸਾਨੂੰ ਸੁਣਾਉਣੀ ਹੈਗੀ ਪਰ ਤੁਸੀਂ ਪਹਿਲਾਂ ਇਹ ਖੁਦਾ ਦਾ ਵਚਨ ਪਵਿੱਤਰ ਕਲਾਮ ਦੇ ਵਿੱਚੋਂ ਪੜ੍ਹ ਕੇ ਸਾਨੂੰ ਸੁਣਾਓ ਕਿਹੜੀ ਜ਼ਬਾਨ ਦੇ ਵਿੱਚ ਤੁਸੀਂ ਪੜ੍ਹਨ ਲੱਗੇ ਪੰਜਾਬੀ 'ਚ ਮੈਂ ਪੜ੍ਹ ਦਿੰਦਾ ਹਾਂਜੀ ਪੜ੍ਹੋ ਜੀ ਹਾਂਜੀ ਮੈਂ ਪੜ੍ਹਨਾ 6 ਤੋਂ 2 ਆਇਤਾਂ ਜਿਹੜੀਆਂ ਅਤੇ ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ ਤੁਸੀਂ ਆਪਣੇ ਘਰ ਬੈਠਿਆਂ ਰਾਹ ਤੁਰਦਿਆਂ ਲੇਟਦਿਆਂ ਅਤੇ ਉੱਠਦਿਆਂ ਉਹਦਾ ਚਰਚਾ ਕਰੋ ਆਮੇਨ ਆਮੇਨ ਇਹ ਜਿਹੜੀਆਂ ਐਤਾਂ ਹੈਗੀਆਂ ਤਾਂ ਇਹ ਤੁਹਾਡੇ ਲਈ ਰਿਐਲਿਟੀ ਬਣੀਆਂ ਹੋਈਆਂ ਹਾਂਜੀ ਦੈਟਸ ਇਹ ਜਿਹੜਾ ਬਚਨ ਆ ਇੱਕ ਖੁਰਾਕ ਆ ਮੇਰੇ ਦਿਲ ਦੇ ਜੇ ਇਹਨੂੰ ਮੈਂ ਨਹੀਂ ਪੜ੍ਹਦਾ ਅਤੇ ਜਿਹੜਾ ਗੌਰ ਨਹੀਂ ਕਰਦਾ ਜੇ ਮੈਂ ਇਹਨਾਂ ਨੂੰ ਇਹ ਤੋਂ ਮੈਂ ਆਪਣੀ ਲਾਈਫ ਨੂੰ ਜ਼ਿੰਦਗੀ ਨੂੰ ਅਧੂਰੀ ਸਮਝਦਾ ਜੇ ਬੱਚੇ ਨੂੰ ਨਾ ਕਿਤੇ ਪੜ੍ਹਾਂ ਜਾਂ ਤਾਂ ਨਾ ਗੌਰ ਕਰਾਂ ਕਈ ਵਾਰ ਇੱਦਾਂ ਹੁੰਦੀ ਆਪਾਂ ਬੱਚੇ ਨੂੰ ਪੜ੍ਹ ਨਹੀਂ ਸਕਦੇ ਪਰ ਜਿਹੜੀ ਵਰਸ ਜੀ ਆ ਕਈ ਵਾਰੀ ਕੰਮ ਕਰਦੇ ਮਨ ਦੇ ਵਿੱਚ ਆ ਜਾਂਦੀਆਂ ਕਈ ਵਾਰੀ ਆਪਾਂ ਇੱਦਾਂ ਕੰਮ ਕਰਦੇ ਹਾਂ ਜਦੋਂ ਕੰਮ ਦੇ ਉੱਤੇ ਆਪਾਂ ਕੰਮ ਕਰਦੇ ਸਾਰਾ ਦਿਨ ਅਤੇ ਕਈ ਵਾਰੀ ਉੱਥੇ ਪਰਮੇਸ਼ੁਰ ਦਾ ਬਚਨ ਜਿਹੜਾ ਸਾਡੇ ਨਾਲ ਗੱਲ ਕਰਦਾ ਕਈ ਇੱਦਾਂ ਜਦੋਂ ਪਾਕਰੂ ਜਿਹੜਾ ਆ ਉਹ ਪਾਕਰੂ ਜਿਹੜਾ ਇਨਸਾਨ ਦੇ ਵਿੱਚ ਆ ਪਵਿੱਤਰ ਆਤਮਾ ਜਿਹੜਾ ਉਹਦੇ ਅੰਦਰ ਆ ਉਹਨੂੰ ਆਪਾਂ ਜਾਗਰਤ ਕਰਨਾ ਵੀ ਉਹਨੂੰ ਆਪਾਂ ਹਰ ਵੇਲੇ ਚੱਲਦੇ ਫਿਰਦੇ ਤੁਰਦੇ ਪਾਕਰੂ ਦੇ ਵਿੱਚ ਆਪਾਂ ਰਹਿਣਾ ਕਿਉਂਕਿ ਆਖਰੀ ਸਮੇਂ ਦੇ ਉੱਤੇ ਪਰਮੇਸ਼ੁਰ ਦੇ ਬਚਨ ਜੋਲ ਨਬੀ ਦੀ ਬੁੱਕ ਦੇ ਵਿੱਚ ਲਿਖਿਆ ਕਿ ਮੈਂ ਆਪਣੇ ਲੋਕਾਂ ਦੇ ਉੱਤੇ ਆਪਣਾ ਆਤਮਾ ਪਾਣੀ ਦੀ ਤਰ੍ਹਾਂ ਵਹਾ ਦੂੰਗਾ ਉਹ ਜਿਹੜਾ ਨਾ ਆਤਮਾ ਹੈ ਜਦੋਂ ਆਪਾਂ ਉਹਦੇ ਭੁੱਖੇ ਪਿਆਸੇ ਹਾਂ ਅਤੇ ਪਰਮੇਸ਼ੁਰ ਕੋਈ ਨਾ ਕੋਈ ਤੁਹਾਡੇ ਅੰਦਰ ਨਵੀਂ ਗੱਲ ਤੁਹਾਨੂੰ ਦਿੰਦਾ ਨਵਾਂ ਬਚਨ ਦਿੰਦਾ ਜਿਹਦੇ ਨਾਲ ਅਸੀਂ ਦੂਏ ਨੂੰ ਇਨਕਰੇਜ ਕਰ ਸਕਦੇ ਹਾਂ ਵੈਸੇ ਮੇਰੀ ਆਪਣੇ ਕੰਮ ਮੈਂ ਕਿਸੇ ਦੇ ਨਾਲ ਜ਼ਿਆਦਾ ਡਿਸਕਸ ਨਹੀਂ ਕਰਦਾ ਕੰਮ 'ਤੇ ਵੀ ਜੇ ਮੈਨੂੰ ਨਾ ਜਦੋਂ ਕੋਈ ਕਹਿੰਦਾ ਵੇ ਭਾਈ ਤੁਸੀਂ ਕੋਈ ਬਚਨ ਦੇ ਵਿੱਚੋਂ ਗੱਲ ਹੀ ਸ਼ੇਅਰ ਕਰੋ ਫਿਰ ਮੈਂ ਬੜਾ ਮੇਰੇ ਦਿਲ ਨੂੰ ਖੁਸ਼ੀ ਹੁੰਦੀ ਜਦੋਂ ਕੋਈ ਕਹਿੰਦਾ ਹੈ ਨਾ ਵੀ ਤੁਸੀਂ ਕੋਈ ਰੱਬ ਦੀ ਗੱਲ ਦੱਸੋ ਪਰਮੇਸ਼ੁਰ ਦੀ ਗੱਲ ਦੱਸੋ ਤੁਸੀਂ ਚਰਚ ਜਾਂਦੇ ਆ ਤੁਸੀਂ ਬਾਈਬਲ ਪੜ੍ਹਦੇ ਆ ਕ੍ਰਿਸਚਨ ਲੋਕ ਜਿਹੜੇ ਆ ਇਹਨਾਂ ਦੇ ਕੋਲ ਤਾਂ ਖੁਦਾ ਦਾ ਇੱਕ ਨਿਯਮਤ ਆ ਜਿਹੜੇ ਦੂਜੇ ਲੋਕ ਆ ਉਹ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਅਸੀਂ ਤਾਂ ਜੇ ਅਧੂਰੇ ਜਾ ਹੀ ਹਾਂ ਪਰ ਪਰਮੇਸ਼ੁਰ ਦਾ ਜਿਹੜਾ ਵਚਨ ਆ ਬਾਈਬਲ ਆ ਇਹਨੂੰ ਜਾਣਨਾ ਬਹੁਤ ਆਸਾਨ ਆ ਕਿਉਂਕਿ ਪੰਜਾਬ ਜਿਹੜੀ ਮਰਜ਼ੀ ਲੈਂਗੁਏਜ ਦੇ ਵਿੱਚ ਲੈ ਲਓ ਸਿੰਪਲ ਸ਼ਬਦਾਂ ਦੇ ਵਿੱਚ ਲਿਖੀ ਆ ਇਹ ਕੋਈ ਇੱਦਾਂ ਨਹੀਂ ਬਈ ਵਿੰਗੀ ਟੇਢੀ ਆ ਸਿੱਧੇ ਜਿਹਾ ਲੱਭ ਜਿਹਾ
ਯਸੂ ਮਸੀਹ ਨੇ ਕਿਹਾ ਰਾਹ ਹੱਕ ਤੇ ਜ਼ਿੰਦਗੀ ਮੈਂ ਹਾਂ, ਮੇਰੇ ਤੋਂ ਬਗੈਰ ਪਿਤਾ ਦੇ ਕੋਲ ਕੋਈ ਜਾ ਨਹੀਂ ਸਕਦਾ। ਮੈਂ ਰਤਨ ਜੀ ਇਹ ਵੀ ਨੋਟਿਸ ਕੀਤਾ ਕਿ ਜਦੋਂ ਤੁਹਾਡੇ ਨਾਲ ਖੁਦਾਵੰਦ ਯਸੂ ਮਸੀਹ ਦੀ ਮੈਂ ਗੱਲ ਹੀ ਕੀਤੀ ਹੈਗੀ ਔਰ ਤੁਸੀਂ ਪਹਿਲਾਂ ਜਦੋਂ ਬੈਠੇ ਹੈਗੇ ਤਾਂ ਜਦੋਂ ਮੈਂ ਕਿਹਾ ਕਿ ਤੁਸੀਂ ਵਚਨ ਪੜ੍ਹੋ ਤਾਂ ਤੁਹਾਡੇ ਇੱਕ ਮੁਸਕਰਾਹਟ ਆ ਗਈ ਹੈਗੀ ਆ, ਤੁਸੀਂ ਇੱਕ ਤਰ੍ਹਾਂ ਦੇ ਜਾਗ ਪਏ ਹੈਗੇ ਹਾਂ। ਤਾਂ ਵਾਕਿਆ ਦੇ ਵਿੱਚ ਮੈਂ ਇਹ ਬਿਲੀਵ ਕਰਦਾ ਹੈਗਾ ਕਿ ਖੁਦਾਵੰਦ ਜ਼ਰੂਰ ਆਪਣੀ ਪਾਕ ਰੂਹ ਦੀ ਬਰਕਤ ਦੇ ਕੇ ਤਾਂ ਖੁਦਾਵੰਦ ਆਪਣੇ ਸੇਵਾਦਾਰ ਨੂੰ ਜਿਹੜਾ ਹੈਗਾ ਉਹਨੂੰ ਜਗਾ ਦਿੰਦਾ ਹੈਗਾ। ਤੁਸੀਂ ਜਾਗੇ ਹੋਏ ਆ, ਦੱਸੋ ਮੈਨੂੰ ਕਿ ਇਸ ਵੇਲੇ ਜਿਹੜੀ ਫਸਲ ਹੈਗੀ ਆ ਹਾਂਜੀ ਸਾਰੀ ਦੁਨੀਆ ਦੇ ਵਿੱਚ ਹਾਂਜੀ ਉਹ ਬੜੀ ਪੱਕੀ ਹੋਈ ਔਰ ਤਿਆਰ ਹੈ। ਹਾਂਜੀ ਤਿਆਰ ਹੈ ਜੀ, ਲੋੜ ਜਿਹੜੀ ਫਸਲ ਪੱਕੀ ਹੋਈ ਆ, ਵਾਢੇ ਥੋੜ੍ਹੇ ਆ, ਵਾਢੇ ਬਹੁਤ ਥੋੜ੍ਹੇ ਆ, ਕਈ ਜਗ੍ਹਾ 'ਤੇ ਬਹੁਤ ਜਗ੍ਹਾ ਦੇ ਉੱਤੇ ਤਾਂ ਵਾਢੇ ਹੈ ਨਹੀਂ ਗੇ। ਇਸੇ ਦੇ ਲਈ ਪ੍ਰਭੂ ਯਸੂ ਮਸੀਹ ਨੇ ਕਿਹਾ ਕਿ ਫਸਲ ਪੱਕੀ ਹੋਈ ਆ, ਵਾਢੇ ਬਹੁਤ ਥੋੜ੍ਹੇ ਆ, ਉਹਦੇ ਅੱਗੇ ਅਰਦਾਸ ਕਰੋ ਤਾਂ ਕਿ ਵਾਢੇ ਤਿਆਰ ਕਰੇ ਭੇਜੇ। ਜਿਹੜੇ ਵਾਢੇ ਤਿਆਰ ਕਰਨੇ ਆ ਉਹ ਤੁਹਾਡਾ ਅਤੇ ਮੇਰਾ ਕੰਮ ਆ, ਉਹ ਆਪਣੀ ਡਿਊਟੀ ਆ, ਆਪਣੀ ਰਿਸਪੋਂਸੀਬਿਲਟੀ ਆ। ਜਦੋਂ ਆਪਾਂ ਜਾਣਾ ਪਰਮੇਸ਼ਰ ਨੇ ਆਪਾਂ ਨੂੰ ਪੁੱਛਣਾ ਬਈ ਤੁਸੀਂ ਮੇਰੇ ਲਈ ਕੀ ਕੀਤਾ ਕੀਤਾ। ਇਹ ਜਿਹੜੇ ਆ ਬਈ ਇਸੇ ਕਰਕੇ ਆਪਾਂ ਕਿਸੇ ਗੱਲ ਦੇ ਵਿੱਚ ਘੱਟ ਨਾ ਪਾਏ ਜਾਈਏ। ਜਦੋਂ ਆਪਾਂ ਪਰਮੇਸ਼ਰ ਦੇ ਸਾਹਮਣੇ ਖੜ੍ਹੇ ਹੋਈਏ ਤਾਂ ਅਸੀਂ ਕਹਿ ਸਕੀਏ ਪਰਮੇਸ਼ਰ ਤੇਰੇ ਸਾਹਮਣੇ ਆ। ਆਮੇਨ। ਅਸੀਂ ਤੁਸੀਂ ਕਿਹਾ ਹੈਗਾ ਕਿ ਕੱਟਣ ਵਾਲੇ ਥੋੜ੍ਹੇ ਹੈਗੇ ਔਰ ਤੁਸੀਂ ਇਹ ਵੀ ਕਿਹਾ ਹੈਗਾ ਕਿ ਕੋਈ ਜਣਾ ਜਾ ਕੇ ਸੁਣਾਵੇ। ਹਾਂਜੀ ਭਾਜੀ ਰਤਨ, ਤੁਹਾਨੂੰ ਕਿੰਨੇ ਕਲਾਮ ਸੁਣਾਇਆ ਸੀ ਔਰ ਤੁਸੀਂ ਕਿੱਦਾਂ ਆਪਣੀ ਜ਼ਿੰਦਗੀ ਜਿਹੜੀ ਹੈਗੀ ਹੈ ਤੁਹਾਡੀ ਕਿੱਦਾਂ ਤਬਦੀਲ ਹੋਈ ਉਹਦੇ ਬਾਰੇ ਥੋੜ੍ਹੇ ਕਿੱਦਾਂ? ਮੈਂ ਭਾਜੀ ਡੈਨੀ ਜੀ ਤੁਸੀਂ ਤਾਂ ਖਾਦਮ ਆ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਚੰਬਾ ਜਿਹਾ ਹੋਇਆ, ਮੇਰੀ ਜ਼ਿੰਦਗੀ ਅਧੂਰੀ ਸੀ। ਮੈਂ ਸਮਝਦਾ ਸੀ ਮੈਂ ਆਪਣੇ ਵਿੱਚ ਪੂਰਾ ਹਾਂ, ਸਾਰੇ ਕੰਮ ਕਰੀਦੇ ਸੀ, ਅੰਦਰ ਡਰ ਹੁੰਦਾ ਸੀ ਰੱਬ ਦਾ। ਪਰ ਜ਼ਿੰਦਗੀ ਦੇ ਵਿੱਚ ਕੋਈ ਇੰਨਾ ਹਰ ਵੇਲੇ ਇੱਕ ਇੱਦਾਂ ਰਹਿੰਦਾ ਵੀ ਜਿੱਦਾਂ ਖਾਲੀ ਖਾਲੀ ਜਿਹੀ ਅੰਦਰੋਂ ਖਾਲੀਪਨ ਮਹਿਸੂਸ ਹੁੰਦਾ, ਕੋਈ ਸੋਲਿਡ ਜਿਹੀ ਚੀਜ਼ ਨਹੀਂ। ਇਸ ਕਰਕੇ ਮੈਨੂੰ ਜਦੋਂ ਮੈਂ ਪ੍ਰਭੂ ਦੇ ਕੋਲ ਆਇਆ ਅਤੇ ਸਾਡੇ ਉਹ ਬ੍ਰਦਰ ਆ, ਭੈਣਾਂ ਸੀ ਸਾਡੇ, ਦੋ ਸਿਸਟਮਰ ਸੀ, ਮਾਰਗਰੇਟ ਸੀ, ਬਲਵੀਰ ਹੁਣੀ ਹੁੰਦੇ ਸੀ, ਗੋਪਾਲ ਹੁਣੀ, ਉਹਨੂੰ ਉਹ ਜ਼ਿਆਦਾ ਮੇਰੇ ਨਾਲ ਸ਼ੇਅਰ ਕਰਦੇ ਹੁੰਦੇ ਸੀ। ਕਿਉਂਕਿ ਜਦੋਂ ਮੈਂ ਉਹਨਾਂ ਦੇ ਗੱਭੇ ਘਰ ਲਿਆ ਜਦੋਂ ਨਾ, ਉਹਨਾਂ ਦੀ ਐਕਚੁਲੀ ਜੇ ਸਹੀ ਦੇਖਿਆ ਜਾਵੇ ਤਾਂ ਉਹਨਾਂ ਦੀ ਮੁਹੱਬਤ ਨੇ ਮੈਨੂੰ ਇੱਥੇ ਪਹੁੰਚਾ ਲਿਆ। ਦੈਟਸ ਰੀਅਲੀ ਥਿੰਗ ਇਹ ਆ ਕਿ ਉਹਨਾਂ ਦੀ ਮੁਹੱਬਤ ਨੇ ਇੱਥੇ ਮੈਨੂੰ ਪਹੁੰਚਾ ਤਾ। ਮੇ ਬੀ ਆਈ ਐਮ ਨੋਟ ਦੇਅਰ, ਮੇ ਬੀ ਮੈਂ ਜ਼ਿੰਦਗੀ ਦੇ ਵਿੱਚ ਨਾ ਹੀ ਹੁੰਦਾ, ਕਿਉਂਕਿ ਮੇਰੀ ਲਾਈਫ ਅਧੂਰੀ ਸੀ। ਮੈਂ ਤੁਹਾਨੂੰ ਦੱਸਿਆ ਕਿ ਮੇਰੇ ਅੰਦਰ ਜਿਹੜਾ ਨਾ ਖਾਲੀ ਖਾਲੀ ਜਿਹਾ ਸੀ, ਜਿੱਦਾਂ ਮੈਂ ਫੀਲ ਕਰਦਾ ਸੀ ਮੈਨੂੰ ਸਮਥਿੰਗ ਲੋੜ ਆ, ਮੈਨੂੰ ਜ਼ਰੂਰਤ ਆ, ਖਾਲੀ ਸੀ। ਹਾਂ ਖਾਲੀ ਸੀ ਅੰਦਰੋਂ, ਗੱਲਾਂ ਦੇ ਨਾਲ ਤਾਂ ਬਹੁਤ ਕੁਛ ਸੀ, ਉੱਤੋਂ ਬੜੇ ਅੱਛਾ ਸੀ, ਹਾਂ ਨਿਖਰੇ ਹੋਏ ਸੀ, ਹਾਂ ਪਰ ਅੰਦਰੋਂ ਹਾਂਜੀ ਹਨੇਰਾ ਸੀ। ਹਾਂਜੀ ਉਹ ਮੈਨੂੰ ਗੱਲ ਦੀ ਚੇਤਾ, ਮੈਨੂੰ ਸਿਸਟਰ ਮਰਸੀ ਇੱਕ ਵਾਰੀ ਮੈਨੂੰ ਕਹਿੰਦੀ, ਕਹਿੰਦੀ ਭਾ ਜੀ ਭਾ, ਕਹਿੰਦੀ ਤੂੰ ਕਿੱਥੇ ਚੱਲਿਆ? ਕਦੋਂ ਅਸੀਂ ਗਲਾਸ ਗਲੂਸ ਪੀ ਲਈਦੇ, ਪੱਬ ਨੂੰ ਜਾਈਦਾ ਸੀ, ਕਿੱਥੇ ਚੱਲਿਆ ਤੂੰ? ਤੂੰ ਚਰਚ ਆਇਆ ਕਰ, ਦੇਖੀ ਖੁਦਾ ਨੇ ਕਿੰਨੀ ਬਰਕਤ ਦੇਣੀ ਆ। ਉਹ ਗੱਲਾਂ ਮੈਨੂੰ ਚੇਤੇ ਉਹ ਬੈਕ ਥਰੂ ਹੋ ਰਹੀਆਂ। ਖੁਦਾ ਦਾ ਸ਼ੁਕਰ ਆ, ਪਰਮੇਸ਼ੁਰ ਦਾ ਧੰਨਵਾਦ ਉਹਨਾਂ ਭੈਣਾਂ ਦੇ ਲਈ, ਉਹਨਾਂ ਭਾਈਆਂ ਦੇ ਲਈ ਜਿਹਨਾਂ ਦੇ ਰਾਹੀਂ ਇੱਥੇ ਬੈਠੇ ਹਾਂ। ਮੇਰੇ ਮੈਂ ਇਕੱਲਾ ਹੀ ਨਹੀਂ, ਮੈਂ ਜਦੋਂ ਅਸੀਂ ਆਪਣੀ ਮੇਰੀ ਮਿਸ ਕ੍ਰਿਸ਼ਨਾ ਅਸੀਂ ਇਕੱਠੇ ਕਨਵਰਟ ਹੋਏ, ਪ੍ਰਭੂ 'ਚ ਆਏ ਹਾਂ। ਪਰਮੇਸ਼ੁਰ ਨੇ ਸਾਡੇ ਦਿਲ ਨੂੰ ਛੂਹਿਆ, ਇੱਦਾਂ ਨਹੀਂ ਸੁਣਨ ਦੇ ਨਾਲ, ਪਰਮੇਸ਼ੁਰ ਨੇ ਟੱਚ ਕੀਤਾ ਇਨਸਾਈਡ। ਜਿੱਦਾਂ ਕਹਿੰਦੇ ਚੱਖੋ ਅਤੇ ਪਰਖੋ, ਯਸੂ ਮਸੀਹ ਕਹਿੰਦਾ ਮੈਂ ਕਿੰਨਾ ਭਲਾ ਪਰਮੇਸ਼ੁਰ ਹਾਂ। ਅਸੀਂ ਚੱਖਿਆ, ਅਸੀਂ ਉਹਦਾ ਮਜ਼ਾ ਚੱਖਿਆ, ਅਸੀਂ ਉਹਨੂੰ ਪਰਖਿਆ, ਵੇ ਪੂਰਾ ਆ, ਉਹ ਪੂਰੇ ਨੇ ਸਾਡੀ ਜ਼ਿੰਦਗੀ 'ਚ ਕੰਮ ਕੀਤਾ। ਪਹਿਲੋਂ ਜ਼ਿੰਦਗੀ ਤੁਸੀਂ ਕਹਿੰਦੇ ਹੈਗੇ ਕਿ ਕਾਫੀ ਵਾਇਲਡ ਸੀਗੀ, ਹਾਂਜੀ ਅਧੂਰੀ ਸੀ, ਤਾਂ ਜਦੋਂ ਤੁਸੀਂ ਉਹਨਾਂ ਨਾਲ ਉਹਨਾਂ ਦੇ ਪਿਆਰ ਮੁਹੱਬਤ ਨੇ ਤੁਹਾਨੂੰ ਵੀ ਦਾਵਾ ਦਿੱਤਾ ਔਰ ਚੈਲੰਜ ਇੱਕ ਤਰ੍ਹਾਂ ਦਿੱਤਾ ਵੀ ਆਓ ਤਾਂ ਸੀ ਇੱਕ ਵਾਰੀ, ਤਾਂ ਉਸ ਟਾਈਮ ਬਾਰੇ ਦੱਸੋ ਕਿ ਜਦੋਂ ਤੁਸੀਂ ਪਹਿਲੀ ਵਾਰੀ ਖੁਦਾਵੰਦ ਯਸੂ ਮਸੀਹ ਦਾ ਵਚਨ ਜਾਂ ਮੀਟਿੰਗ ਜਾਂ ਉਹਨਾਂ ਦੇ ਘਰ ਦੇ ਵਿੱਚ ਜਾਂ ਜਦੋਂ ਤੁਹਾਡੀ ਪਹਿਲੀ ਵਾਰੀ ਮੁਲਾਕਾਤ ਹੋਈ? ਪਹਿਲੀ ਵਾਰੀ ਘਰ ਸਾਡੇ ਘਰ ਦੇ ਵਿੱਚ ਮੁਲਾਕਾਤ ਹੋਈ, ਮੇਰੀ ਮਿਸਿਜ ਨੇ ਇੱਕ ਦਿਨ ਸ਼ਾਮ ਨੂੰ ਅਸੀਂ ਸਲਾਹ ਕੀਤੀ, ਮੈਨੂੰ ਦੱਸਦੀ ਕਹਿੰਦੀ ਵੀ ਆਪਾਂ ਕਿਸੇ ਦਿਨ ਸ਼ਾਮ ਨੂੰ ਘਰ ਬੈਠਣਾ, ਅੱਜ ਕਹਿੰਦੀ ਤੂੰ ਨਾ ਜਾਈ ਭਾਬਾ ਨੂੰ, ਅੱਜ ਨਾ ਜਾਈ, ਕਹਿੰਦੀ ਅੱਜ ਉਹਨੇ ਆਉਣਾ ਆ, ਘੜੀ ਬਹਿ ਕੇ ਆਪਾਂ ਨਾਲੇ ਗੱਲਬਾਤ ਕਰਦੇ ਹਾਂ, ਨਾਲੇ ਇਕੱਠੇ ਬਹਿ ਖਾਣਾ ਖਾਵਾਂਗੇ। ਅਤੇ ਮੈਂ ਕਿਹਾ ਚਲੋ ਠੀਕ ਆ। ਅਤੇ ਉਹ ਆਏ ਸਾਡੇ ਘਰ ਦੇ ਵਿੱਚ, ਅਸੀਂ ਬੈਠੇ, ਅਸੀਂ ਖਾਣਾ ਖਾਧਾ, ਫਿਰ ਉਹਨਾਂ ਨੇ ਉਸ ਸਿਸਟਰ ਨੇ ਮਾਰਗਰੇਟ ਨੇ ਉਹਨੇ ਗੱਲ ਕੀਤੀ ਪ੍ਰਭੂ ਦੇ ਬਾਰੇ, ਉਹ ਜਿਹੜੀਆਂ ਉਹਨੇ ਗੱਲਾਂ ਕੀਤੀਆਂ ਜਾਣੀ ਕਿ ਉਹ ਮੇਰੀ ਜ਼ਿੰਦਗੀ ਦੇ ਵਿੱਚ ਸੀ, ਸਾਫ ਦੀਦੀਆਂ ਸੀ, ਜਦੋਂ ਉਹ ਗੱਲ ਕਰਦੇ ਸੀ ਉਹ ਮੇਰੇ ਵਿੱਚ ਟੱਚ ਕਰ ਰਹੀ ਸੀ, ਉਹ ਮੇਰੇ ਵਿੱਚ ਸੀ। ਤਾਂ ਹੁਣ ਮੈਂ ਕਿੱਦਾਂ ਕਹਿੰਦਾ, ਮੈਂ ਝੂਠ ਤਾਂ ਬੋਲ ਨਹੀਂ ਸਕਦਾ, ਕਿਉਂਕਿ ਸੱਚ ਸੱਚ ਆ, ਸੱਚ ਨੂੰ ਜੇ ਮੈਂ ਲੁਕਾਊਂਗਾ
ਉਹਦਾ ਫਾਇਦਾ ਨਹੀਂ ਕੋਈ, ਉਹ ਮੇਰੇ ਅੰਦਰ ਸੀ ਜ਼ਿੰਦਗੀ ਦੇ। ਆਪਾਂ ਨੂੰ ਫਿਰ ਮੈਨੂੰ ਮੰਨਣਾ ਪਿਆ ਸੀ ਕੱਲ੍ਹ ਨੂੰ ਵੀ ਠੀਕ ਹੈ ਤੁਸੀਂ ਜੋ ਕਹਿੰਦੇ ਉਹ ਤਾਂ ਮੇਰੇ ਵਿੱਚ ਆ। ਅਤੇ ਫਿਰ ਕਹਿੰਦੇ ਤੋ ਉਹ ਕਹਿੰਦੇ ਕਿੱਦਾਂ ਫਿਰ ਤੇਰਾ ਕੀ, ਮੈਂ ਕਿਹਾ ਛੱਡਤੀਆਂ ਫੈਸਲਾ, ਅੱਜ ਦਾ ਫੈਸਲਾ ਕਰ ਲਿਆ ਵੀ ਛੱਡਤੀਆਂ, ਇਹ ਠੀਕ ਨੀਗੀਆਂ। ਅਤੇ ਉਹ ਜਿੱਦਾਂ ਲੋਹਾ ਤੱਤਾ ਤਾਂ ਹੋਇਆ ਸੀ, ਉਹਦੇ ਉੱਤੇ ਥੋੜ੍ਹਾ ਪੈਣ ਦੀ ਲੋੜ ਸੀ। ਅਤੇ ਉਹ ਉਹਨਾਂ ਤੋਂ ਲੈ ਕੇ ਦੇਖ ਲਓ ਵੀ ਇੱਕ ਪਤਾ ਨਹੀਂ ਪਰਮੇਸ਼ੁਰ ਦੀ ਸਮਰੱਥ ਆ, ਨਹੀਂ ਤਾਂ ਇਹ ਮੁਸ਼ਕਲ ਆ ਵੀ ਇੱਕਦਮ ਹੀ ਜਿੱਦਾਂ ਕਿਸੇ ਚੀਜ਼ ਦੇ ਉੱਤੋਂ ਤੁਹਾਡਾ ਮੂੰਹ ਹੀ ਮੁੜ ਜਾਣਾ। ਮੇਰੇ ਯਾਰ ਦੋਸਤ ਮੈਨੂੰ ਕਹਿਣਾ ਕਿੱਥੇ ਚਲੇ ਗਿਆ ਮਿਲਦੇ ਨੇ, ਮੈਂ ਕਿਹਾ ਜਵਾਨ ਹੁਣ ਮੈਂ ਬਦਲ ਗਿਆ, ਮੈਂ ਉਹ ਬੰਦਾ ਨਹੀਂ ਰਿਹਾ। ਹਾਂ ਮੈਂ ਉਹ ਨਹੀਂ ਰਿਹਾ ਕਿਉਂਕਿ ਮੈਂ ਬਦਲ ਗਿਆ, ਕਿਉਂਕਿ ਉਹਨਾਂ ਦੀ ਸੰਗਤੀ ਟੁੱਟ ਗਈ। ਬਹੁਤ ਨਹੀਂ ਕਹਿਣਾ ਤੂੰ ਕਈ ਵਾਰੀ ਕਹਿਣਾ ਮਿਲਣਾ ਤੂੰ ਅੱਜ, ਨਹੀਂ ਮੈਂ ਕਿਹਾ ਵੀ ਸੋਰੀ ਹੁਣ ਮੈਂ ਆ ਨਹੀਂ ਸਕਦਾ। ਅਤੇ ਮੇਰਾ ਅੰਕਲ ਸੀਗਾ ਮੈਨੂੰ ਕਹਿੰਦਾ ਤੂੰ ਮਸੀਹ ਤਾਂ ਹੋ ਗਿਆ, ਮਸੀਹ ਤਾਂ ਮੰਨਣ ਲੱਗ ਪਿਆ, ਤੂੰ ਨਿਆਣੇ ਕਿੱਥੇ ਵਿਆਹੂੰਗਾ। ਇਹ ਚੈਲੇਂਜ ਸੀ ਮੈਨੂੰ ਉਹਨਾਂ ਦਾ। ਮੈਂ ਕਿਹਾ ਬਈ ਕੋਈ ਨਹੀਂ, ਜੇ ਪਰਮੇਸ਼ੁਰ ਨੇ ਗੱਲ ਕੀਤੀ ਆ ਉਹ ਨਿਆਣੇ ਵੀ ਵਿਆਹੂਗਾ ਵਿਆਹੂਗਾ। ਹਾਂ ਉਹ ਉਹਨੇ ਕਿਤੇ ਨਾ ਕਿਤੇ ਇੰਤਜ਼ਾਮ ਕੀਤਾ, ਉਹਨੇ ਕੀਤਾ। ਇਸ ਲਈ ਆਈਆਂ ਟਰਬਲ ਮੁਸ਼ਕਲਾਂ ਤਾਂ ਬਹੁਤ ਆਈਆਂ, ਬਹੁਤ ਵਾਰੀ ਚੈਲੇਂਜ ਆਏ ਆ। ਹੁਣ ਵੀ ਜ਼ਿੰਦਗੀ ਆ, ਜੇ ਤੁਸੀਂ ਜਦੋਂ ਤੁਸੀਂ ਖੁਦਾ ਦਾ ਕਲਾਮ ਲੈ ਕੇ ਜਾਂਦੇ ਬਾਹਰ ਦੂਜੇ ਨੇਸ਼ਨ ਦੇ ਵਿੱਚ ਦੂਜੇ ਲੋਕਾਂ ਦੇ ਵਿੱਚ, ਤਾਂ ਚੈਲੇਂਜ ਬਹੁਤ ਆ, ਪੈਰ ਪੈਰ 'ਤੇ ਆ। ਪਰ ਪਰਮੇਸ਼ੁਰ ਸਮਰੱਥ ਦੇਣ ਦਾ, ਉਹ ਕਹਿੰਦਾ ਤੁਸੀਂ ਨਹੀਂ, ਕਹਿੰਦਾ ਮੇਰਾ ਪਾਕਰੂ ਗੱਲ ਕਰੂਗਾ ਤੁਸੀਂ ਨਹੀਂ। ਮੈਂ ਇੱਕ ਵਾਰੀ ਮੈਨੂੰ ਪਤਾ ਪੁਲਿਸਮੈਨ ਉੱਥੇ ਮੈਂ ਆਪਣੇ ਨੂਰ ਮਹਿਲ ਦੇ ਵੈਸੇ ਗਵਾਹੀ ਦਿੰਦੇ, ਪੁਲਿਸਮੈਨ ਮੇਰੇ ਕੋਲ ਹੀ ਖੜ੍ਹਾ, ਮੇਰੀ ਗੱਲ ਕਰਦਾ ਸੀ, ਕਹਿੰਦਾ ਕੋਈ ਬੰਦਾ ਆਇਆ ਇੱਥੇ ਉਹ ਲੋਕਾਂ ਨੂੰ ਯਸੂ ਮਸੀਹ ਦੇ ਬਾਰੇ ਦੱਸਦਾ ਇੱਦਾਂ, ਅਤੇ ਮੈਂ ਵੀ ਕੋਲ ਹੀ ਖੜ੍ਹਾ ਸੀ, ਮੈਂ ਸੁਣਦਾ ਰਿਹਾ। ਉਹਨੂੰ ਇਹ ਨਹੀਂ ਪਤਾ ਵੀ ਇਹ ਬੰਦਾ ਬੰਦਾ ਹੈ। ਆਹੋ, ਅਤੇ ਜਦੋਂ ਮੈਂ ਘਰ ਆਇਆ ਤਾਂ ਫਿਰ ਮੈਂ ਆਪਣੇ ਛੋਟੇ ਭੈਣ ਦੱਸਿਆ, ਮੈਂ ਕਿਹਾ ਵੀ ਦੈਟਸ ਸਾਈਨ ਆ, ਸਾਈਨ ਆ, ਇਹ ਇੱਥੇ ਥੋੜ੍ਹਾ ਜਿਹਾ ਜਾਣਨ ਦੀ ਲੋੜ ਆ। ਕਿਉਂਕਿ ਜਦੋਂ ਆਪਾਂ ਇੱਥੋਂ ਜਾਂਦੇ ਹਾਂ ਆਪਾਂ ਉੱਥੇ ਓਪਨ ਏਅਰ ਮੀਟਿੰਗ ਨਹੀਂ ਕਰ ਸਕਦੇ, ਬੋਲ ਨਹੀਂ ਸਕਦੇ ਪਬਲਿਕਲੀ, ਕਿਉਂਕਿ ਆਪਾਂ ਫੋਰਨਰ ਹਾਂ, ਆਪਾਂ ਇੱਥੇ ਬ੍ਰਿਟਿਸ਼ ਹਾਂ। ਅਤੇ ਫਿਰ ਉੱਥੇ ਉਦੋਂ ਉਸ ਵੇਲੇ ਮੇਰੇ ਪ੍ਰਭੂ ਨੇ ਇੱਕ ਦਿਲ ਦੇ ਵਿੱਚ ਗੱਲ ਪਾਈ, ਪਵਿੱਤਰ ਆਤਮਾ ਦੇ ਵੱਲੋਂ ਸੀ ਜਿਹੜੀ ਗੱਲ ਮੇਰੇ, ਜਿਹਦੇ ਲਈ ਮੈਂ ਦੁਆ ਕਰਦਾ ਸੀ। ਮੈਂ ਕਹਿੰਦਾ ਸੀ ਵੀ ਪ੍ਰਭੂ ਜੇ ਇਹ ਗੱਲ ਤੂੰ ਚਾਹੁੰਦਾ ਆ, ਅਤੇ ਜਦੋਂ ਮੈਂ ਘਰਦਿਆਂ ਨਾਲ ਆਪਣੇ ਆਪਣੇ ਫਾਦਰ ਦੇ ਨਾਲ ਮੈਂ ਗੱਲ ਕਰਨੀ ਆ, ਉਹਦੇ ਮੂੰਹ 'ਚੋਂ ਵੀ ਜਿਸ ਨਿਕਲ ਫੇ ਆ। ਉਹ ਕੁਦਰਤੀ ਉਹ ਇੱਥੇ ਆਏ ਮੈਨੂੰ ਮਿਲਣ ਵਾਸਤੇ, 6 ਮਹੀਨੇ ਰਹੇ, ਅਤੇ ਇੱਕ ਦਿਨ ਜਿੱਦਾਂ ਘਰ ਦੇ ਵਿੱਚ ਬੈਠੇ ਹਾਂ, ਮੈਂ ਕਿਹਾ ਵੀ ਡੈਡ ਵੇ ਮੇਰੇ ਇੱਕ ਦਿਲ 'ਚ ਆਉਂਦੀ ਆ ਕਿ ਆਪਾਂ ਉੱਥੇ ਇੱਕ ਖੁਦਾ ਦਾ ਘਰ ਬਣਾਈਏ, ਪਰਮੇਸ਼ੁਰ ਦੇ ਲੋਕਾਂ ਦੇ ਲਈ ਇੱਕ ਜਗ੍ਹਾ ਥੋੜ੍ਹੀ ਜਿਹੀ ਆਪਾਂ ਤਿਆਰ ਕਰੀਏ, ਜਿੱਥੇ ਆ ਕੇ ਲੋਕ ਖੁਸ਼ਖਬਰੀ ਸੁਣਾਉਣ, ਪ੍ਰਭੂ ਦਾ ਬਚਨ ਸੁਣਾਉਣ, ਇੱਕ ਉੱਥੇ ਕੀ ਹੋਵੇ, ਮਤਲਬ ਇੱਕ ਸਥਾਨ ਸਥਾਨ ਹੋਵੇ ਜਿੱਥੇ ਗੋਸਪਲ ਜਿਹੜੀ ਆ, ਪਰਮੇਸ਼ੁਰ ਦਾ ਬਚਨ ਜਿਹੜਾ ਆ, ਸੱਚਾਈ ਉੱਥੇ ਆਪ ਸੁਣਾਈ ਜਾਵੇ। ਵੈਸੇ ਤਾਂ ਉੱਥੇ ਨਾਲ ਹੀ ਉੱਥੇ ਗੁਰਦੁਆਰਾ ਵੀ ਆ, ਪਰ ਜਿਹੜੀ ਪਰਮੇਸ਼ੁਰ ਦਾ ਵਚਨ ਆ ਇਹ ਸਿੱਧਾ ਸਾਦਾ ਸਿੰਪਲ ਆ, ਇਹਨੂੰ ਲੋਕ ਬਹੁਤ ਛੇਤੀ ਸਮਝਦੇ ਆ। ਅਤੇ ਤੁਹਾਡੇ ਇਵੈਂਜਲਿਜ਼ਮ ਦਾ ਜਿਹੜਾ ਤੋਹਫਾ ਸੀ, ਇਹ ਤੈਨੂੰ ਕਦੋਂ ਪਤਾ ਲੱਗਾ ਵੀ ਹਾਂ ਵੀ ਮੇਰੇ ਵਿੱਚ ਆ ਗਿਆ ਹੈਗਾ ਕਿ ਮੈਨੂੰ ਵੀ ਭੁੱਖ ਲੱਗ ਗਈ ਹੈਗੀ, ਵੀ ਮੈਂ ਪਿਆਸਾ ਸੀ, ਮੈਂ ਭੁੱਖਾ ਸੀ, ਮੈਨੂੰ ਪ੍ਰਭੂ ਨੇ ਭਰ ਦਿੱਤਾ, ਹੁਣ ਮੈਂ ਜਾ ਕੇ ਦੂਸਰਿਆਂ ਨੂੰ ਉਹੀ ਰੋਟੀ ਦੇਵਾਂ। ਜਦੋਂ ਨਾ ਕਲਵਰੀ ਚਰਚ ਦੇ ਵਿੱਚ ਸੀ ਅਸੀਂ, ਅਤੇ ਇਸ ਚਰਚ ਦੇ ਵਿੱਚ ਬਹੁਤ ਸਾਰੇ ਇਵੈਂਜਲਿਸਟ, ਬਹੁਤ ਸਾਰੇ ਪਾਸਟਰ ਇਸ ਜਗ੍ਹਾ 'ਚ ਆਏ, ਕਲਵਰੀ ਚਰਚ ਦੇ ਵਿੱਚ ਲੋਕ ਬਾਹਰੋਂ ਬਾਹਰੋਂ ਦੁਨੀਆਂ ਦੇ ਚੌਹਾਂ ਕੋਨਿਆਂ 'ਚੋਂ ਲੋਕ ਆ ਗਏ। ਅਤੇ ਜਦੋਂ ਮੈਂ ਪਿੱਛੇ ਜਿਹਾ ਮਿਹਨਤ ਹੁੰਦਾ ਸੀ, ਅਤੇ ਜਦੋਂ ਵੀ ਕਿਸੇ ਬੰਦੇ ਨੇ ਆਉਣਾ, ਕਿਸੇ ਵੀ ਪਾਸਟਰ ਨੇ ਆਉਣਾ, ਉਹਨੇ ਹਮੇਸ਼ਾ ਹੀ ਪ੍ਰੋਫਸਾਈ ਕਰਨੀ, ਮੇਰੇ ਉੱਤੇ ਕਰਨੀ, ਬਹੁਤ ਵਾਰੀ ਹੋਈ ਪ੍ਰੋਫਸਾਈ ਹੋਈ, ਬਹੁਤ ਵਾਰੀ ਮੈਸੇਜ ਆਇਆ, ਇਹ ਆਉਣੀ ਤੂੰ ਖੜ੍ਹਾ ਹੋ, ਪਰਮੇਸ਼ੁਰ ਤੈਨੂੰ ਇਸਤੇਮਾਲ ਕਰਨਾ ਚਾਹੁੰਦਾ, ਇਸਤੇਮਾਲ। ਅਤੇ ਪਰਮੇਸ਼ੁਰ ਨੇ ਮੈਨੂੰ ਦਲੇਰੀ ਦਿੱਤੀ, ਔਰ ਮੈਨੂੰ ਪਾਕਰੂ ਦਾ ਜਦੋਂ ਬਪਤਿਸਮ ਹੋਇਆ, ਮੈਂ ਹੈ ਨਾ, ਲੋਕ ਕਈ ਲੋਕ ਕਹਿੰਦੇ ਜੀ ਮੈਨੂੰ ਨਹੀਂ, ਜਿਹੜੀ ਗੈਰ ਟੰਗ ਜਿਹਾ, ਅਨੋਨ ਟੰਗ ਜਿਹਾ, ਇਹਦੇ ਬਾਰੇ ਲੋਕ ਕਹਿੰਦੇ ਸਾਨੂੰ ਕੋਈ ਤਜਰਬਾ ਨਹੀਂ ਹੁੰਦਾ। ਅਤੇ ਮੇਰੇ ਅੰਦਰ ਥੋੜ੍ਹੀ ਜਿਹੀ ਪਿਆਸ ਆਈ, ਮੈਂ ਕਿਹਾ ਵੀ ਮੈਂ ਵੀ ਚਾਹੁੰਦਾ ਵੀ ਮੈਨੂੰ ਇਹ ਦਾਨ ਬਰਦਾਨ ਮਿਲੇ ਮਿਲੇ ਹੈ। ਅਤੇ ਮੈਂ ਬੜਾ ਭੁੱਖਾ ਪਿਆ ਸੀ, ਇੱਕ ਮੀਟਿੰਗ ਦੀ ਬੈਲ ਹੋਪ ਲਈ ਸੀ ਚਰਚ, ਉੱਥੇ ਚਰਚ ਆਫ ਗੋਡ ਆਪਣੇ ਆਸਟਨ ਦੇ ਵਿੱਚ ਸੀ, ਉੱਥੇ ਕਰੀ ਮੈਂ ਆਪਣੇ ਹੀਲ ਮੀਟਿੰਗ ਹੋਈ ਸੀ ਡੈਨ ਚੈਜਲੀ ਦੀ, ਹਾਂਜੀ ਅਵੈਂਜਲਿਸਟ ਸੀ ਉਹ, ਅਤੇ ਉਹਨੇ ਦੁਆਲੇ ਮੂਹਰੇ ਸੱਦਿਆ ਅਤੇ ਮੈਂ ਵੀ ਗਿਆ, ਮੇਰੇ ਅੰਦਰ ਸੀ, ਮੈਂ ਕਿਹਾ ਮੈਂ ਵੀ ਚਾਹੁੰਦਾ ਮੈਨੂੰ ਇਹ ਨਿਯਮਤ ਬਰਕਤ ਮਿਲੇ। ਹਾਂ, ਉੱਥੇ ਮੇਰੇ ਹੱਥ ਰੱਖ ਕੇ ਮੈਂ ਦੁਆ ਵੀ ਕਰਾਈ, ਪਰ ਮੈਨੂੰ ਕੋਈ ਨਹੀਂ ਹੋਇਆ। ਅਤੇ ਮੈਂ ਜਦੋਂ ਸਵੇਰ ਨੂੰ ਇੱਕ ਦਿਨ ਸੁਬਾਹ ਨੂੰ ਉੱਠਿਆ ਰਾਤ ਨੂੰ ਵੱਡੇ ਤੜਕੇ, ਅਤੇ ਮੈਂ ਆਪਣੇ ਸੁੱਤਾ ਪਿਆ ਹੀ ਮੈਂ ਉਹ ਭਾਸ਼ਾ ਬੋਲਦਾ, ਅੱਛਾ ਉਹ ਭਾਸ਼ਾ ਮੈਂ ਸੁੱਤਾ ਪਿਆ ਬੋਲਦਾ ਸਵੇਰ ਨੂੰ ਨਾ, ਜਦੋਂ ਮੈਂ ਉੱਠਿਆ ਤਾਂ ਮੇਰੇ ਮੂੰਹ 'ਚ ਉਹ
ਸ਼ਬਦ ਨਿਕਲਣ, ਫਿਰ ਮੈਂ ਉਹਨੂੰ ਛੱਡਿਆ ਨਹੀਂ, ਮੈਂ ਉਹਨੂੰ ਇਨਕਰੀਜ ਕੀਤਾ, ਹਾਂ ਮੈਂ ਉਹਨੂੰ ਵਧਾਇਆ। ਮੈਂ ਕਈ ਵਾਰੀ ਹੁਣ ਵੀ ਨਾ, ਕਈ ਵਾਰੀ ਮੈਂ ਜੇ ਮੈਂ ਪ੍ਰਾਰਥਨਾ ਕਰਦਾ ਤਾਂ ਮੈਂ ਨਾ ਕਿੰਨਾ ਕਿੰਨਾ ਚਰੀ, ਜਦੋਂ ਮੈਂ ਕੋਈ ਲਫ਼ਜ਼ ਬੋਲਦਾ ਮੇਰੇ ਕੋਲ ਲਫ਼ਜ਼ ਮੁੱਕ ਜਾਂਦੇ ਆ, ਪਰ ਉਹ ਜਿਹੜੇ ਨਾ ਲਫ਼ਜ਼ ਆ ਉਹ ਨਹੀਂ ਮੁੱਕਦੇ, ਉਹ ਨਵੀਂ ਨਵੀਂ। ਮੈਂ ਇਨਕਰੇਜ ਕਰਦਾ ਜਿਹੜੇ ਲੋਕ ਸੁਣਦੇ ਆ ਮੇਰੀ ਇਸ ਆਵਾਜ਼ ਨੂੰ, ਜੇ ਕੋਈ ਚੀਜ਼ ਦੇ ਭੁੱਖੇ ਪਿਆਸੇ ਆ, ਜ਼ਰੂਰ ਉਹਦੇ ਲਈ, ਜੇ ਉਹਨਾਂ ਨੂੰ ਪਿਆਸ ਹੈ ਤਾਂ ਪਰਮੇਸ਼ੁਰ ਦਊਗਾ, ਦਿੰਦਾ ਆ ਪਰਮੇਸ਼ੁਰ ਜਿਹੜੀ ਆ ਇਸ ਭਾਸ਼ਾ ਨੂੰ ਦਿੰਦਾ ਆ। ਇਹਦੇ ਨਾਲ ਤੁਹਾਨੂੰ ਮਿਨਿਸਟਰੀ ਤੁਹਾਡੀ ਬਹੁਤ ਸਟਰੋਂਗ ਹੁੰਦੀ ਆ, ਤੁਹਾਨੂੰ ਆਉਣ ਵਾਲੀਆਂ ਗੱਲਾਂ ਦਾ ਪਤਾ ਲੱਗ ਜਾਂਦਾ। ਪਰਮੇਸ਼ੁਰ ਕਈ ਤੁਹਾਡੇ ਉੱਤੇ ਭੇਦ ਯਾਰ ਕਰਦਾ ਆ, ਸਹੀ, ਪਰਮੇਸ਼ੁਰ ਕਈ ਤੁਹਾਡੇ ਉੱਤੇ ਇੱਦਾਂ ਦੀਆਂ ਗੱਲਾਂ ਯਾਰ ਕਰਦਾ ਜਿਹੜੀਆਂ ਹੋਣ ਵਾਲੀਆਂ ਦੱਸਦਾ। ਅਤੇ ਜੇ ਕੋਈ ਭੁੱਖਾ ਪਿਆਸਾ ਉਹਨੂੰ ਜ਼ਰੂਰ ਪਰਮੇਸ਼ੁਰ ਦਊਗਾ ਜੇ ਉਹਦੇ ਅੰਦਰ ਪਿਆਸ ਹੈਗੀ ਆ। ਅਤੇ ਇਹ ਆ, ਮੈਂ ਕਹਿੰਦਾ ਵੀ ਜੇ ਤੁਸੀਂ ਨਾ ਇਹਦੇ ਭੁੱਖੇ ਪਿਆਸੇ ਇਹਨੂੰ ਵਧਾਓ, ਜਦੋਂ ਨਾ ਅਸੀਂ ਵਧਾਉਂਦੇ ਹਾਂ, ਜਦੋਂ ਇਹਦੇ ਵਿੱਚ ਦੁਆ ਕਰਦੇ ਹਾਂ, ਉੱਦਾਂ ਤਾਂ ਆਨੰਦ ਹੀ ਹੈ ਨਹੀਂਗਾ। ਕਈ ਵਾਰੀ ਤੁਹਾਨੂੰ ਪ੍ਰਾਰਥਨਾ ਦੀ ਜ਼ਰੂਰਤ ਆ, ਮੈਂ ਦੂਰ ਬੈਠਾ, ਮੈਂ ਆਨੰਦ ਭਾਸ਼ਾ ਦੇ ਵਿੱਚ ਦੁਆ ਕਰਦਾ, ਜਦੋਂ ਮੈਂ ਪ੍ਰਾਰਥਨਾ ਕਰਦਾ ਕਈ ਵਾਰੀ, ਉਸ ਤੋਂ ਬਾਅਦ ਫਿਰ ਮੇਰੇ ਥੋੜ੍ਹੇ ਜਿਹੇ ਜਦੋਂ ਮੈਂ ਪ੍ਰਾਰਥਨਾ ਕਰਕੇ ਫਿਰ ਮੈਂ ਜਦੋਂ ਸਟਪ ਨਾ, ਫਿਰ ਮੇਰੇ ਆਉਂਦੀ ਆ ਵੀ ਫਲਾਨੇ ਬੰਦੇ ਦੇ ਲਈ ਪ੍ਰਾਰਥਨਾ ਦੀ ਜ਼ਰੂਰਤ ਆ, ਫਲਾਨੇ ਖਾਦਮ ਨੂੰ ਜ਼ਰੂਰਤ ਆ, ਫਲਾਨੇ ਐਵੇਂਜਲਿਸਟ ਨੂੰ ਜ਼ਰੂਰਤ ਆ, ਫਲਾਨੇ ਚਰਚ ਦੇ ਵਿੱਚ ਜ਼ਰੂਰਤ ਆ, ਫਲਾਨਾ ਭੈਣ ਭਾਈ ਆ, ਉਹਨੂੰ ਪਰਮੇਸ਼ੁਰ ਤੁਹਾਡੇ ਨਾਲ ਗੱਲ ਕਰਦਾ ਜੀ, ਤੁਹਾਡੀ ਆਤਮਾ ਨੂੰ, ਤੁਹਾਡੀ ਜਿਹੜੀ ਆ ਨਾ ਉਹਨੂੰ ਰਿਨਿਊ ਕਰਦਾ ਤੁਹਾਡੇ ਮਾਇੰਡ ਨੂੰ, ਔਰ ਪਰਮੇਸ਼ੁਰ ਦੱਸਦਾ ਆ। ਇਸੇ ਦੇ ਲਈ ਕਿ ਜਿਹੜੀ ਆ ਅੱਜ ਸਮਾਂ ਆ ਕਿ ਅਸੀਂ ਜਿਹੜੀ ਆ ਪ੍ਰਾਰਥਨਾ ਇੱਕ ਦੂਜੇ ਲਈ ਪ੍ਰਾਰਥਨਾ ਕਰੀਏ। ਸ਼ੈਤਾਨ ਦਾ ਡੈਵਲ ਦਾ ਇੱਕੋ ਤਰੀਕਾ ਕਿ ਉਹ ਲੋਕਾਂ ਨੂੰ ਵੱਖਰੇ ਵੱਖਰੇ ਕਰਦਾ, ਲੋਕਾਂ ਦੇ ਅੰਦਰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰਦਾ, ਪਰ ਸਾਨੂੰ ਉਹਦੇ ਚੈਨਲ ਤੋਂ ਜਾਣਨ ਦੀ ਲੋੜ ਆ। ਅਸੀਂ ਬੇਸ਼ੱਕ ਦੂਰ ਬੈਠੇ ਹਾਂ, ਬੇਸ਼ੱਕ ਮੈਂ ਤੁਹਾਡੇ ਘਰ ਤੋਂ ਤੁਹਾਡੇ ਚਰਚ ਤੋਂ ਮੈਂ 7-8 ਮੀਲ ਦੂਰ ਹਾਂ, ਕਈ ਵਾਰੀ ਮੈਂ ਤੁਹਾਨੂੰ ਹਫ਼ਤਾ ਨਹੀਂ ਮਿਲਦਾ, ਪਰ ਪ੍ਰਾਰਥਨਾ ਤਾਂ ਮੈਂ ਕਰ ਸਕਦਾ ਕਿ ਨਹੀਂ ਜੀ। ਪ੍ਰਾਰਥਨਾ ਜਿਹੜੀ ਮੇਰੀ ਡਿਊਟੀ ਹੈ ਇੱਕ ਵਿਸ਼ਵਾਸੀ ਦੀ, ਇੱਕ ਬਿਲੀਵਰ ਦੀ, ਜਿਹਨੇ ਪ੍ਰਭੂ ਯਿਸੂ ਨੂੰ ਪਾਇਆ, ਉਹਦਾ ਇੱਕ ਡਿਊਟੀ ਆ ਕਿ ਉਹ ਆਪਣੇ ਪ੍ਰਾਰਥਨਾ ਕਰੇ, ਆਪਣੀ ਚਰਚ ਦੇ ਲਈ, ਆਪਣੀ ਕਲੀਸਿਆ ਦੇ ਲਈ, ਆਪਣੇ ਖਾਦਮਾਂ ਦੇ ਲਈ ਪ੍ਰਾਰਥਨਾ ਦੀ ਜ਼ਰੂਰਤ ਆ। ਬਹੁਤ ਵਾਰੀ ਕਈ ਵਾਰੀ ਮੇਰੇ ਦਿਲ 'ਚ ਮੈਸੇਜ ਹੁੰਦਾ, ਮੈਂ ਸੰਡੇ ਸਵੇਰ ਨੂੰ ਉੱਠਦਾ ਨਾ, ਜਦੋਂ ਸਵੇਰ ਨੂੰ ਚਰਚ ਜਾਣ ਤੋਂ ਪਹਿਲਾਂ ਕਈ ਵਾਰੀ ਸਵੇਰ ਨੂੰ ਤਾਂ ਉੱਠਦਾ ਮੈਂ ਦੁਆ ਕਰਦਾ, ਤਾਂ ਮੇਰੇ ਕੋਲ ਇੱਕ ਮੈਸੇਜ ਹੁੰਦਾ, ਉਹੋ ਜਿਹੜਾ ਮੈਸੇਜ ਮੇਰੇ ਕੋਲ ਹੁੰਦਾ ਜਦੋਂ ਮੈਂ ਚਰਚ ਦੇ ਵਿੱਚ ਜਾਂਦਾ। ਮੈਂ ਕਹਿੰਦਾ ਅੱਛਾ ਪਰਮੇਸ਼ੁਰ, ਮੈਂ ਮੈਸੇਜ ਤਾਂ ਨਹੀਂ ਦੇਣਾ, ਪਰ ਅੱਜ ਤੂੰ ਖਾਦਮ ਨੂੰ ਇਹ ਬਚਨ ਦੇ, ਉਹੋ ਹੀ ਬਚਨ ਜਿਹੜਾ ਕ੍ਰੋਸ ਕਰਦਾ, ਪਰਮੇਸ਼ੁਰ ਦਾ ਬਚਨ, ਆਤਮਾ ਜਿਹੜਾ ਆ ਇਕੱਠ ਹੋ ਕੇ ਭਰ ਕੇ ਸਿਫਾਰਿਸ਼ ਕਰਦਾ ਕਿ ਹਾਂ ਆਹ ਮੈਸੇਜ ਚਾਹੀਦਾ ਅੱਜ ਕਲੀਸਿਆ ਨੂੰ, ਖਾਦਮ ਨੂੰ ਮੈਸੇਜ ਦੇ, ਤਾਂ ਉਹ ਮੈਸੇਜ ਆਉਂਦਾ ਆ, ਡਿਲੀਵਰ ਹੁੰਦਾ ਆ। ਉਹਨਾਂ ਮੈਨੂੰ ਵੀ ਬੜੀ ਆਸ਼ੀਸ਼ ਮਿਲਦੀ ਹੈ, ਕਲੀਸਿਆ ਹੀ ਬਹੁਤ ਆਸ਼ੀਸ਼ ਪਾਉਂਦੀ ਆ। ਹਾਂ, ਜਦੋਂ ਤੁਸੀਂ ਇੰਡੀਆ ਜਾਂਦੇ ਹੈਗੇ ਹਾਂ, ਤੁਸੀਂ ਕਈ ਤਰ੍ਹਾਂ ਦੇ ਲੋਕ ਤੁਸੀਂ ਦੇਖਦੇ ਹੈਗੇ ਆ, ਫਰੋਮ ਆਲ ਵੋਕਸ ਆਫ ਲਾਈਫ, ਜਿੱਦਾਂ ਕਹਿੰਦੇ ਗਰੀਬ ਵੀ, ਅਮੀਰ ਵੀ, ਵੀ ਮਤਲਬ ਵੀ ਪੰਜਾਬੀ ਵੀ, ਬੰਗਾਲੀ ਵੀ ਹੋ ਸਕਦਾ, ਗੁਜਰਾਤੀ ਵੀ ਹੋ ਸਕਦਾ, ਕਿਸ ਤਰ੍ਹਾਂ ਬਹੁਤ ਸਾਰੀ ਦੁਨੀਆ ਤੁਹਾਡੇ ਜਿੱਦਾਂ ਕਹਿੰਦੇ ਤੁਹਾਡੇ ਸਾਹਮਣੇ ਆਉਂਦੀ ਹੈਗੀ ਆ, ਤਾਂ ਤੁਸੀਂ ਕੀ ਨੋਟਿਸ ਕਰਦੇ ਹੈਗੇ ਕਿ ਇਸ ਵੇਲੇ, ਚਲੋ ਪੰਜਾਬ ਦੀ ਗੱਲ ਕਰਦੇ ਹਾਂ ਕਿਉਂਕਿ ਆਪਾਂ ਪੰਜਾਬੀ ਹੈਗੇ ਹਾਂ, ਵੀ ਉੱਥੇ ਇੱਕ ਤਰ੍ਹਾਂ ਦੀ ਰਿਵਾਈਵਲ ਸ਼ੁਰੂ ਹੋਈ ਹੋਈ ਆ? ਹਾਂਜੀ। ਤਾਂ ਕਿਸ ਤਰ੍ਹਾਂ ਦੇ ਲੋਕ, ਯੰਗ ਲੋਕ ਆਉਂਦੇ ਹੈਗੇ ਆ ਜਾਂ ਮਿਡਲ ਏਜ ਆਉਂਦੇ ਹੈਗੇ? ਤੁਸੀਂ ਦੱਸੋ ਤੁਹਾਡੇ ਤਜ਼ਰਬੇ ਦੇ ਵਿੱਚ ਵੀ ਕਿਸ ਤਰ੍ਹਾਂ ਦੇ ਲੋਕ ਇਸ ਵੇਲੇ ਆ ਰਹੇ ਹੈਗੇ ਪ੍ਰਭੂ ਯਿਸੂ ਦੇ ਕੋਲ? ਮੇਰੇ ਨਾ, ਜੋ ਮੇਰਾ ਆਪਣਾ ਤਜਰਬਾ, ਮੈਂ ਇਹ ਦੇਖਦਾ ਕਿ ਜਿਹੜੇ ਨੌਜਵਾਨ ਆ, ਜਦੋਂ ਅਸੀਂ ਕਈ ਵਾਰੀ ਇਕੱਠੇ ਬਹਿੰਦੇ ਹਾਂ, ਕਈ ਵਾਰੀ ਇਕੱਠੇ ਤੁਰੇ ਜਾਂਦੇ ਜਾਂ ਵੋਕ ਕਰਦੇ, ਇੱਕ ਆਪਣੇ ਬਹਿੰਦੇ ਵੀ ਕਿਤੇ ਬੈਠੇ ਹੁੰਦੇ ਨਾ, ਤਾਂ ਸਾਡੇ ਕੋਲ ਖਾਸ ਕਰਕੇ ਨੌਜਵਾਨ ਮੁੰਡੇ ਬਹੁਤ ਆਉਂਦੇ ਆ। ਅੱਛਾ। ਜਿਹੜੇ ਨਾ ਉਹ ਜਦੋਂ ਆਉਣਗੇ, ਹੁਣ ਬਹਿ ਜਾਣ ਉਹਨਾਂ ਕੋਲ, ਬੜਾ ਹਲੀਮ ਆ ਬੜੇ, ਉਹਨਾਂ ਦੇ ਨਾਲ ਨਾ ਸਾਨੂੰ ਬੜਾ ਅਪਰਚੁਨਿਟੀ ਮਿਲਦੀ ਆ ਨੌਜਵਾਨਾਂ ਨਾਲ ਗੱਲ ਕਰਨ ਨੂੰ। ਜਦੋਂ ਇੱਕ ਵਾਰੀ ਆ ਗਿਆ ਇੱਕ ਨਾ, ਜੇ ਇੱਕ ਵਾਰੀ ਨੌਜਵਾਨ ਕੋਈ ਆ ਗਿਆ, ਜੇ ਇੱਕ ਵਾਰੀ ਸਾਡੇ ਨਾਲ ਬਹਿ ਗਿਆ, ਤਾਂ ਉਹਨੇ ਸ਼ਾਮ ਨੂੰ, ਜੇ ਸਵੇਰ ਨੂੰ ਆ ਗਿਆ, ਸ਼ਾਮ ਨੂੰ ਇੱਕ ਵਾਰੀ ਜ਼ਰੂਰ ਆਊਗਾ ਉਹ, ਕਿਉਂਕਿ ਉਹ ਉਹਦੇ ਅੰਦਰ ਨਾ ਕੁਛ ਹੈ, ਚਾਹੁੰਦਾ ਉਹ ਕੁਛ। ਅੱਜ ਕੱਲ੍ਹ ਦਾ ਜਿਹੜਾ ਨੌਜਵਾਨ ਜਿਹੜੀ ਪੀੜ੍ਹੀ ਆ, ਕਿਉਂਕਿ ਉਹਨਾਂ ਦੇ ਕੋਲ ਕੰਮ ਹੈ ਨਹੀਂ, ਗੇ ਐਜੂਕੇਟਡ ਮੁੰਡੇ ਪੜ੍ਹੇ ਲਿਖੇ ਆ, ਨੌਕਰੀਆਂ ਹੈ ਨਹੀਂ, ਲੇਬਰ ਉਹ ਕਰ ਨਹੀਂ ਸਕਦੇ, ਲੇਬਰ ਕਰ ਨਹੀਂ ਸਕਦੇ ਉਹ, ਇਸ ਕਰਕੇ ਉਹਨਾਂ ਦੇ ਵਿਹਲੇ ਆ, ਉਹ ਵਿਹਲਿਆਂ ਦੇ ਕੋਲ, ਉਹਨਾਂ ਦੇ ਕੋਲ ਟਾਈਮ ਬਹੁਤ ਆ। ਜਦੋਂ ਉਹਨਾਂ ਕੋਲ ਟਾਈਮ ਹੈ, ਤਾਂ ਜਦੋਂ ਅਸੀਂ ਉਹਨਾਂ ਦੇ ਨਾਲ ਨਾ ਵਚਨ ਸ਼ੇਅਰ ਕਰਦੇ, ਕਈ ਵਾਰੀ ਸਿੰਪਲੀ ਗੱਲਾਂ ਬਚਨ ਦੀਆਂ ਉਹਨਾਂ ਨਾਲ ਸ਼ੇਅਰ ਕਰੋ, ਅਤੇ ਉਹਨਾਂ ਦੇ ਮਨ ਜਿਹੜੇ ਆ, ਹਾਰਟ ਤਿਆਰ ਹੁੰਦੇ ਆ। ਬਹੁਤ ਸਾਰੀਆਂ ਦਰਵਾਜ਼ੇ ਖੁੱਲ੍ਹੇ ਮੇਰੇ ਉੱਥੇ ਆਪਣੇ ਪਿੰਡ ਦੇ ਵਿੱਚ, ਜਿਹੜੇ ਲੋਕਾਂ ਨੇ, ਜਿਨ੍ਹਾਂ ਦੇ ਨਾਲ ਇੱਦਾਂ ਮੈਸੇਜ ਸ਼ੇਅਰ ਕੀਤਾ, ਜਿੱਦਾਂ ਨੌਜਵਾਨ ਆਏ, ਉਹਨਾਂ ਨੇ ਆਪਣੇ ਘਰ ਦੱਸਿਆ ਵੀ ਉਹ ਫਲਾਨੇ ਅੰਕਲ ਆਂਟੀ ਹੁਣੀ ਆਏ ਆ ਉੱਥੇ ਬਾਹਰੋਂ, ਤਾਂ ਉਹਨਾਂ ਨੇ ਸਾਡੇ ਨਾਲ ਗੱਲਾਂ ਕੀਤੀਆਂ, ਤਾਂ ਸਾਨੂੰ ਕਈਆਂ ਨੇ ਘਰ ਵਿੱਚ ਸੱਦਿਆ। ਕਈ ਵਾਰੀ ਉੱਥੇ ਰਾਤ ਨੂੰ 11:30 ਵੱਜ ਜਾਂਦੇ, ਅਗਲੇ ਦੇ ਘਰ ਹੀ ਬੈਠੇ ਗੱਲਾਂ ਪਰਮੇਸ਼ੁਰ ਦੀਆਂ ਬਾਣੀ ਗੱਲਾਂ ਕਰਦੇ, ਕਿਉਂਕਿ ਇਹ ਪਰਮੇਸ਼ੁਰ ਦਾ ਵਚਨ ਹੈ। ਜਦੋਂ ਅਸੀਂ ਇਹਨੂੰ ਇਹ ਟਾਈਮ ਦਾ ਪਤਾ ਨਹੀਂ ਲੱਗਦਾ,
ਬ੍ਰਦਰ ਰਤਨ, ਤੁਸੀਂ ਕਦੀ ਮਿਰੇਕਲਸ ਦੇਖੇ ਆ? ਤੁਸੀਂ ਕਦੀ ਵੀ ਅਜੀਬ ਕੰਮ ਹੁੰਦੇ? ਹਾਂਜੀ, ਨਿਸ਼ਾਨੀਆਂ? ਹਾਂਜੀ, ਕਿਉਂਕਿ ਗੁਲਾਮ ਹੀ ਇਹ ਆ। ਹਾਂਜੀ, ਅੱਜ ਤਾਂ ਤੁਸੀਂ ਨਿਸ਼ਾਨੀਆਂ ਦੀ ਗੱਲ ਕੀਤੀ, ਮੈਨੂੰ ਮੈਂ ਗੱਲ ਕਰਦਾ ਇਹ 98 ਦੀ 99 ਦੀ ਗੱਲ ਆ। ਮੇਰੀ ਮਦਰ ਘਰ ਦੇ ਵਿੱਚ ਪਈ ਸੀ, ਦਾ ਬਿਮਾਰ ਸੀ, ਕੋਈ ਸੀ, ਅਤੇ ਮੈਂ ਉਹਨੂੰ ਸਵੇਰੇ ਉੱਠਿਆ, ਮੈਂ ਕਿਹਾ ਬੀਬੀ ਉੱਠ, ਮੂੰਹ ਹੱਥ ਧੋ, ਖਾ ਪੀ ਕੁਛ। ਕਹਿੰਦੀ ਮੈਂ ਉੱਠਦੀ ਹਾਂ, ਉੱਠਦੀ ਹਾਂ, ਉੱਠਦੀ ਹਾਂ। 6-7 ਘੰਟੇ ਲਾ ਤੇ, ਅਤੇ ਕੋਈ ਸਾਡੇ ਇੱਕ ਘਰ, ਇੱਕ ਸਾਡੇ ਕੁੜੀ ਸਾਡੀ ਆਪਣੇ ਵਿੱਚੋਂ ਘਰਾਂ 'ਚੋਂ ਸੀ, ਉਹ ਮਿਲਣ ਲੱਗੀ, ਉਹਦਾ ਪ੍ਰਾਹੁਣਾ ਸੀ ਨਾਲ ਆਏ, ਅਤੇ ਉਹ ਇੱਦਾਂ ਆਏ ਅਤੇ ਉਹ ਕਹਿੰਦੀ ਭਾਅ ਜੀ ਵੀ ਇਹਦਾ ਪ੍ਰਾਹੁਣੇ ਦਾ ਕਹਿੰਦੀ ਇਹ ਠੀਕ ਨਹੀਂ ਗਾ, ਬੁਖਾਰ ਜਿਹਾ ਹੋਇਆ, ਅਤੇ ਇੱਦਾਂ ਇਹਦੇ ਦਵਾਈ ਕਰੋ। ਮੈਂ ਉਹਨਾਂ ਥੋੜ੍ਹਾ ਵਚਨ ਸ਼ੇਅਰ ਕਰਨਾ ਸ਼ੁਰੂ ਕੀਤਾ, ਹੈਂ ਮੈਂ ਉਹਨਾਂ ਵਚਨ ਸ਼ੇਅਰ ਕਰਦਾ, ਉਹਦੇ ਪ੍ਰਾਰਥਨਾ ਕੀਤੀ, ਅਤੇ ਜਦੋਂ ਮੈਂ ਉਹਨਾਂ ਪ੍ਰਾਰਥਨਾ ਕੀਤੀ ਅਤੇ ਉਹਦੀ ਜ਼ਿੰਦਗੀ 'ਚ ਮੈਰੀਕਲ ਹੋਇਆ। ਅੱਛਾ, ਉਹ ਮੁੰਡੇ ਦੀ ਮੈਰੀ, ਉਹਦੇ ਜਦੋਂ ਮੈਂ ਪ੍ਰਾਰਥਨਾ ਕੀਤੀ ਅਤੇ ਉਹ ਕਹਿੰਦਾ ਭਾਅ ਜੀ ਮੈਨੂੰ ਤਾਂ ਇੱਦਾਂ ਹੀ ਕੰਬਾ ਲੱਗਦਾ ਸੀ, ਮੇਰਾ ਤਾਂ ਕੰਬਾ ਬੰਦ ਹੋ ਗਿਆ। ਹੈਂ ਅਤੇ ਸਾਡੀ ਮਦਰ ਇੱਦਾਂ ਪਈ ਸੀ ਬੈੱਡ ਦੇ ਉੱਤੇ, ਅਤੇ ਮੈਂ ਉਹਨਾਂ ਵਚਨ ਸ਼ੇਅਰ ਕਰਦਾ, ਉੱਠੀ ਉਹਨੇ ਮੂੰਹ ਧੋ ਕੇ, ਤੋਂ ਬੜੀ ਸੋਹਣੀ ਬੈੱਡ ਦੇ ਉੱਤੇ ਉਹ ਬਹਿ ਗਈ। ਪਰਮੇਸ਼ਰ ਜਦੋਂ ਮੈਰੀਕਲ ਕਰਦਾ, ਇੱਕ ਨਹੀਂ ਕਰਦਾ, ਉਹ ਕਈ ਕਰ ਜਾਂਦਾ ਹੁੰਦਾ। ਹਾਂ, ਕਈ ਵਾਰੀ ਹੁਣ ਕਿੰਨੇ ਮੈਰੀਕਲ ਕਰ ਜਾਂਦਾ ਕਈਆਂ ਦੀ ਜ਼ਿੰਦਗੀਆਂ ਦੇ ਵਿੱਚ, ਕਿਉਂਕਿ ਮੈਂ ਦੇਖਦਾ ਹੁੰਦਾ ਕਈ ਵਾਰੀ ਮੀਟਿੰਗਾਂ ਦੇ ਵਿੱਚ, ਕਈ ਵਾਰੀ ਨਾ ਉਹ ਇੱਕ ਬੰਦੇ ਪਰਮੇਸ਼ਰ ਨੇ ਇੱਕ ਨੂੰ ਸ਼ਿਫਾ ਦਿੱਤੀ ਆ, ਅਤੇ ਨਾਲ ਕਈ ਹੋਰ ਭੈਣਾਂ ਭਾਈ ਖੜੇ ਹੁੰਦੇ ਆ, ਪਰਮੇਸ਼ਰ ਨੇ ਮੇਰੀ ਜ਼ਿੰਦਗੀ ਹੁਣੇ ਆਹ ਕੰਮ ਕੀਤਾ, ਕਿਉਂਕਿ ਖੁਦਾਵੰਦ ਦਾ ਕਲਾਮ। ਹਾਂਜੀ, ਉਹ ਤਾਂ ਕਲਾਮ ਆ, ਖੁਦਾਵੰਦ ਦਾ ਕਲਾਮ ਦੱਸਦਾ ਹੈਗਾ ਕਿ ਖੁਦਾਵੰਦ ਯਿਸੂ ਮਸੀਹ ਲੰਗੜਿਆਂ ਨੂੰ ਲੱਤਾਂ ਦਿੰਦਾ ਸੀ, ਅੰਨਿਆਂ ਨੂੰ ਅੱਖਾਂ ਦਿੰਦਾ ਸੀ, ਜਿਹੜੇ ਗੁੰਗੇ ਸੀ ਉਹਨਾਂ ਨੂੰ ਜ਼ਬਾਨ ਦਿੰਦਾ ਸੀ। ਪਰ ਇਹ ਵੀ ਕਹਿ ਗਿਆ ਹੈ ਕਿ ਮੇਰੇ ਤੋਂ ਵੱਡੇ ਕੰਮ ਤੁਸੀਂ ਕਰੋਗੇ, ਆਪਣੇ ਚੇਲਿਆਂ ਨੂੰ ਕਹਿ ਕੇ ਗਿਆ। ਹਾਂਜੀ, ਹਾਂ, ਤਾਂ ਉਹ ਜਿਹੜਾ ਤਿਉਹਾਰ ਆ ਉਹ ਐਕਚੁਲੀ ਆਪਾਂ ਨੂੰ ਇੱਕ ਤਰ੍ਹਾਂ ਦੀ ਬਲੈਸਿੰਗ ਦਿੱਤੀ ਹੋਈ ਹੈਗੀ ਆ, ਇਹ ਪਾਉਣੀ ਬਹੁਤ ਜ਼ਰੂਰੀ ਹੈ, ਪਾਉਣੀ ਜ਼ਰੂਰੀ ਹੈ। ਪਰ ਆਪਾਂ ਦੇਖਦੇ ਹੈਗੇ ਕਿ ਇੰਡੀਆ ਦੇ ਵਿੱਚ ਇੱਥੇ ਵੀ ਕਿ ਇਸ ਵੇਲੇ ਬਹੁਤ ਸਾਰੀ ਦੁਨੀਆ ਹੈ ਨਾ ਬਿਮਾਰੀਆਂ ਨਾਲ, ਤਕਲੀਫਾਂ ਨਾਲ, ਗਮ ਨਾਲ, ਬੋਝ ਨਾਲ ਫਸੇ ਹੋਏ ਆ। ਹਾਂਜੀ, ਔਰ ਇੱਕ ਚੀਜ਼ ਹੈਗੀ ਹੈ ਕਿ ਇਹ ਕੰਟਰੋਵਰਸ਼ਲ ਸਬਜੈਕਟ ਹੈਗਾ, ਕਈ ਸੋਚਦੇ ਹੈਗੇ ਨਹੀਂ ਐਵੇਂ ਕਰਦੇ ਹੈਗੇ, ਖੁਦਾ ਦਾ ਕਲਾਮ ਜਿਹੜਾ ਹੈਗਾ ਉਹ ਕਦੀ ਵੀ ਵੋਇਡ ਨਹੀਂ ਹੁੰਦਾ, ਉਹ ਕੈਂਸਲ ਨਹੀਂ ਹੁੰਦਾ। ਇੱਕ ਵਾਰੀ ਜਦੋਂ ਮੂੰਹ ਦੇ ਵਿੱਚੋਂ ਚਲੇ ਜਾਂਦਾ ਹੈਗਾ ਤਾਂ ਉਹ ਆਪਣਾ ਮਕਸਦ ਪੂਰਾ ਕਰਕੇ ਹਾਂਜੀ ਆਉਂਦਾ ਹੈਗਾ, ਠੀਕ ਹੈ ਨਾ। ਤਾਂ ਤੁਸੀਂ ਇਹ ਦੇਖਦੇ ਹੋਵੋਗੇ ਕਿ ਬਹੁਤ ਸਾਰੇ ਇਸ ਵੇਲੇ ਖੁਦਾ ਦੇ ਖਾਦਮ ਕੰਮ ਕਰ ਰਹੇ ਹੈਗੇ ਆ, ਤਾਂ ਮਿਰੇਕਲਸ ਹੋ ਰਹੇ ਹੈਗੇ, ਰਾਈਟ? ਹਾਂਜੀ, ਤਾਂ ਜਿੰਨੇ ਵੀ ਇਸ ਵੇਲੇ ਸੁਣ ਰਹੇ ਹੈਗੇ ਆ ਮੇਰੀ ਆਵਾਜ਼, ਤੁਹਾਡੀ ਆਵਾਜ਼, ਉਹਨਾਂ ਨੂੰ ਸ਼ਾਇਦ ਉਹ ਬਿਮਾਰ ਹੋਣ, ਸ਼ਾਇਦ ਉਹ ਬੋਝ ਹੇਠਾਂ ਹੋਣ, ਸ਼ਾਇਦ ਉਹ ਡਰੱਗਸ ਦੇ ਵਿੱਚ ਹੋਣ, ਤਾਂ ਮੈਂ ਚਾਹੁੰਦਾ ਹੈਗਾ ਕਿ ਬ੍ਰਦਰ ਰਤਨ ਜੀ ਤੁਸੀਂ ਛੋਟਾ ਜਿਹਾ ਖੁਦਾ ਦੀ ਬਾਣੀ ਦੇ ਵਿੱਚੋਂ ਕੋਈ ਕਲਾਮ ਸੁਣਾਓ, ਜਾਂ ਤੁਹਾਡੇ ਕੋਈ ਟੈਸਟਮਨੀ, ਜਾਂ ਕੁਛ ਵੀ ਤੁਹਾਡੇ ਜੋ ਕੁਛ ਵੀ ਤੁਹਾਨੂੰ ਪਾਕ ਰੂਹ ਕਹਿੰਦੀ ਹੈਗੀ ਤੁਸੀਂ ਜ਼ਰੂਰ ਸ਼ੇਅਰ ਕਰੋ। ਦੇਖੋ, ਯੂਹੰਨਾ ਦੀ ਅੰਜੀਲ 3:16 ਵਰਸ ਜਿਹੜੀ ਆ ਬਹੁਤ ਪਾਪੂਲਰ ਆ। ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਪੁੱਤਰ ਜਿਹੜਾ ਬੇਟਾ ਬਖਸ਼ ਦਿੱਤਾ, ਤਾਂ ਕਿ ਜੋ ਕੋਈ ਵੀ ਉਹਦੇ 'ਤੇ ਇਮਾਨ ਲਿਆਵੇ ਹਲਾਕ ਨਾ ਹੋਵੇ, ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ। ਜਿਹੜੀ ਜ਼ਿੰਦਗੀ ਆ ਹਮੇਸ਼ਾ ਦੀ, ਉਹ ਕਿਹਦੇ ਵਿੱਚ? ਯਿਸੂ ਮਸੀਹ ਦੇ ਵਿੱਚ ਆ। ਜਿਹੜਾ ਜਿਹੜੀ ਨਾ ਜ਼ਿੰਦਗੀ ਆ ਉਹ ਯਿਸੂ ਮਸੀਹ ਦੇ ਵਿੱਚ ਆ। ਯਿਸੂ ਮਸੀਹ ਜ਼ਿੰਦਗੀ ਦੇਣ ਵਾਲਾ ਆ, ਜ਼ਿੰਦਗੀ ਦਾ ਮਾਲਕ ਉਹ ਆ, ਔਰ ਜ਼ਿੰਦਗੀ ਦਾ ਕਰਤਾ ਧਰਤਾ ਉਹ ਆ। ਜਦੋਂ ਉਹ ਆਪਣੀ ਜ਼ਿੰਦਗੀ ਦਾ ਕਰਤਾ ਧਰਤਾ ਆ, ਤਾਂ ਸਾਨੂੰ ਜਿਹੜੀ ਜ਼ਿੰਦਗੀ ਆ ਉਹਨੂੰ ਦੇ ਦੇਣੀ ਚਾਹੀਦੀ ਆ, ਸਾਨੂੰ ਇੰਤਜ਼ਾਰ ਕਰਨ ਦੀ ਲੋੜ ਨਹੀਂ। ਪਰਮੇਸ਼ੁਰ ਦਾ ਵਚਨ ਸਾਫ਼ ਦੱਸਦਾ ਕਿ ਜੋ ਕੋਈ ਉਹਨੇ ਜਿਹੜੀ ਆ ਆਪਣੀ ਜ਼ਿੰਦਗੀ, ਪਰਮੇਸ਼ੁਰ ਦਾ ਪੁੱਤਰ ਇਸ ਲਈ ਦੁਨੀਆ ਵਿੱਚ ਆਇਆ ਤਾਂ ਕਿ ਲੋਕਾਂ ਨੂੰ ਜ਼ਿੰਦਗੀ ਦੇਵੇ, ਕਸਰਤ ਦੀ ਜ਼ਿੰਦਗੀ ਦੇਵੇ, ਨਰੋਈ ਜ਼ਿੰਦਗੀ ਦੇਵੇ। ਉਹ ਇੱਦਾਂ ਨਹੀਂ ਵੀ ਪਰਮੇਸ਼ੁਰ ਚਾਹੁੰਦਾ ਕਿ ਮੇਰੇ ਬੱਚੇ ਬਿਮਾਰ ਹੋਣ, ਮੇਰੇ ਬੱਚੇ ਦੁਖੀ ਹੋਣ, ਮੇਰੇ ਬੱਚੇ ਕਮਜ਼ੋਰ ਹੋਣ, ਔਰ ਮੇਰੇ ਬੱਚਿਆਂ ਨੂੰ ਕਿਸੇ ਚੀਜ਼ ਦਾ ਘਾਟਾ ਹੋਵੇ। ਨਹੀਂ, ਪਰਮੇਸ਼ੁਰ ਜਿਹੜਾ ਪੂਰਾ ਆ, ਔਰ ਉਹ ਇਨਸਾਨ ਨੂੰ ਵੀ ਉਹਨੇ ਪੂਰਾ ਦੁਨੀਆ ਦੇ ਵਿੱਚ ਭੇਜਿਆ ਆ, ਪਰ ਸਾਡੀਆਂ ਗਲਤੀਆਂ, ਸਾਡੇ ਕਈ ਵਾਰੀ ਗੁਨਾਹਾਂ ਦੇ ਕਰਕੇ, ਸਾਡੀਆਂ ਮਿਸਟੇਕ ਦੇ ਕਰਕੇ ਅਸੀਂ ਪਰਮੇਸ਼ੁਰ ਤੋਂ ਦੂਰ ਹਟ ਗਏ। ਦੂਰ ਹਟਣ ਦੇ ਕਰਕੇ ਜਿਹੜਾ ਸ਼ੈਤਾਨ ਆ, ਉਹ ਵੀ ਇੱਕ ਆਤਮਾ ਆ। ਸ਼ੈਤਾਨ ਜਿਹੜਾ ਇਨਸਾਨ ਦੇ ਉੱਤੇ, ਉਹਦੇ ਉੱਤੇ ਗਲਬ ਆ ਜਾਂਦਾ ਆ, ਅਤੇ ਉਹ ਫਿਰ ਜਿਹੜਾ ਪਰਮੇਸ਼ੁਰ ਤੋਂ ਇਨਸਾਨ ਦੂਰ ਹਟ ਜਾਂਦਾ। ਪਰ ਪਰਮੇਸ਼ੁਰ ਦਾ ਧੰਨਵਾਦ ਹੋਵੇ ਵੀ ਪਰਮੇਸ਼ੁਰ ਨੇ
ਖੁਦਾ ਨੇ ਆਪਣੇ ਬੇਟੇ ਪ੍ਰਭੂ ਯਿਸੂ ਮਸੀਹ ਨੂੰ ਸਾਡੇ ਗੁਨਾਹਾਂ ਲਈ ਭੇਜ ਦਿੱਤਾ ਤਾਂ ਕਿ ਜੋ ਕੋਈ ਵੀ ਉਹਦੇ 'ਤੇ ਇਮਾਨ ਲਿਆਵੇ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ। ਹਮੇਸ਼ਾ ਦੀ ਜ਼ਿੰਦਗੀ ਭੈਣੋ ਅਤੇ ਭਾਈਓ ਜੇ ਤੁਸੀਂ ਪਾਉਣੀ ਆ, ਜੇ ਤੁਸੀਂ ਤੰਦਰੁਸਤੀ ਪਾਉਣੀ ਆ, ਜੇ ਤੁਸੀਂ ਬਿਮਾਰ ਆ, ਜੇ ਤੁਸੀਂ ਦੁਖੀ ਆ, ਤੁਹਾਡੀ ਤੁਸੀਂ ਪਰੇਸ਼ਾਨੀ ਦੇ ਵਿੱਚ ਆ, ਤੁਹਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਤੁਹਾਨੂੰ ਲੋੜ ਆ, ਜ਼ਰੂਰਤ ਆ, ਜੇ ਤੁਸੀਂ ਕਿਸੇ ਇਨਸਾਨ ਤੋਂ ਮੰਗੋਗੇ ਉਹ ਤੁਹਾਨੂੰ ਦੇ ਨਹੀਂ ਸਕਦਾ, ਇਨਸਾਨ ਦੇ ਦੇਊਗਾ ਉਹ ਫਿਰ ਤੁਹਾਨੂੰ ਚਿਤਾਰ ਸਕਦਾ ਆ, ਪਰ ਯਿਸੂ ਮਸੀਹ ਨੇ ਕਿਹਾ ਮੇਰੇ ਕੋਲੋਂ ਮੰਗੋ ਔਰ ਮੈਂ ਤੁਹਾਨੂੰ ਬਿਨਾਂ ਉਲਾਂਭੇ ਤੋਂ ਦਊਂਗਾ। ਪਰਮੇਸ਼ੁਰ ਦੇ ਕੋਲੋਂ ਸਾਨੂੰ ਮੰਗਣ ਦੀ ਲੋੜ ਆ। ਇਸ ਲਈ ਭੈਣਾਂ ਅਤੇ ਭਾਈਓ, ਯਿਸੂ ਮਸੀਹ ਜਿਉਂਦਾ ਆ, ਅੱਜ ਵੀ ਉਹ ਜਿਉਂਦਾ ਆ, ਅੱਜ ਵੀ ਉਹ ਤੁਹਾਡੀਆਂ ਅਰਦਾਸਾਂ ਨੂੰ ਸੁਣਨਾ ਚਾਹੁੰਦਾ ਆ, ਹਾਲੇਲੂਇਆ, ਤੁਹਾਡੀਆਂ ਪੁਕਾਰਾਂ ਨੂੰ ਸੁਣਨਾ ਚਾਹੁੰਦਾ ਆ। ਔਰ ਜੇ ਤੁਸੀਂ ਚਾਹੁੰਦੇ ਆ ਕਿ ਮੇਰੀ ਆਵਾਜ਼ ਨੂੰ ਸੁਣਦੇ ਆ, ਤੁਸੀਂ ਹੈਂਡ ਜਵਰ ਦੇ ਵਿੱਚ ਆ, ਮਿਡਲੈਂਡ ਦੇ ਵਿੱਚ ਆ, ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਸੈਂਚਰੀ ਚਰਚ, ਪਾਸਟਰ ਡੈਨੀਅਲ ਮੇਰੇ ਸਾਥ ਬੈਠੇ ਆ, ਇਹਨਾਂ ਦਾ ਚਰਚ ਆ, ਇਹਨਾਂ ਦੀ ਵਿਵਾਦ ਦੇ ਵਿੱਚ ਆ ਕੇ ਦੇਖੋ ਔਰ ਇਹ ਬਿਮਾਰਾਂ ਲਈ ਪ੍ਰਾਰਥਨਾ ਕਰਦੇ ਆ, ਤੁਸੀਂ ਆਓ ਔਰ ਸ਼ਿਫਾ ਪਾਓ, ਸ਼ਿਫਾ ਮੁਫਤ ਦੇ ਵਿੱਚ ਆ, ਤੁਹਾਡੇ ਕੋਲੋਂ ਕੋਈ ਧਨ ਦੌਲਤ ਨਹੀਂ ਮੰਗਦਾ, ਤੁਹਾਡੇ ਕੋਲੋਂ ਕੋਈ ਨਹੀਂ, ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਸੁਣੋ, ਕਿਉਂਕਿ ਇਨਸਾਨ ਸ਼ਿਫਾ ਨਹੀਂ ਦੇਣ ਵਾਲਾ, ਇਨਸਾਨ ਜਿਹੜਾ ਆ ਸ਼ਿਫਾ ਨਹੀਂ ਦੇਣ ਵਾਲਾ, ਪਰਮੇਸ਼ੁਰ ਦਾ ਬਚਨ ਜਿਹੜਾ ਇਹਦੇ ਵਿੱਚ ਸਮਰੱਥ ਆ, ਇਹਦੇ ਵਿੱਚ ਬਲ ਆ, ਔਰ ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਦੇ ਹਾਂ, ਉਹਦੇ ਸ਼ਬਦਾਂ ਨੂੰ ਪੜ੍ਹਦੇ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਦੇ ਹਾਂ, ਅਤੇ ਪਰਮੇਸ਼ੁਰ ਭੈਣ ਦੇ ਭਾਈਓ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੂਗਾ, ਕਿਉਂਕਿ ਇਹ ਜਿਹੜਾ ਬਚਨ ਆ ਜਿਉਂਦਾ ਆ, ਇਹ ਬਚਨ ਜਿਹੜੇ ਇਹ ਸ਼ਬਦ ਆ ਜਿਹੜੇ ਇਹ ਜੀਵਤ ਆ, ਇਹਨਾਂ ਦੇ ਵਿੱਚ ਜ਼ਿੰਦਗੀ ਆ, ਇਸੇ ਕਰਕੇ ਜ਼ਿੰਦਗੀ ਪਰਮੇਸ਼ੁਰ ਨੇ ਇਨਸਾਨ ਨੂੰ ਦਿੱਤੀ ਆ ਕਿ ਇਸ ਬਚਨ ਨੂੰ ਪੜ੍ਹੇ, ਇਹਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰੇ, ਅਤੇ ਪਰਮੇਸ਼ੁਰ ਤੁਹਾਨੂੰ ਬਰਕਤ ਦਊਗਾ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਹਾਂ, ਜਿਹੜੀ ਇਹਦੇ ਵਿੱਚ ਜਿਹੜਾ ਪਰਮੇਸ਼ੁਰ, ਇੱਕ ਆਪਾਂ ਜਦੋਂ ਕਾਰ ਨੂੰ ਨਵੀਂ ਨੂੰ ਬਾਈ ਕਰਦੇ ਹਾਂ, ਆਪਾਂ ਨਵੀਂ ਕਾਰ ਨੂੰ ਜਦੋਂ ਬਾਈ ਕਰਦੇ ਹਾਂ ਤਾਂ ਉਹਦੇ ਨਾਲ ਸਾਨੂੰ ਗੱਡੀ ਜਦੋਂ ਮਿਲਦੀ ਤਾਂ ਉਹਦੇ ਨਾਲ ਸਾਨੂੰ ਇੱਕ ਬੁੱਕ ਮਿਲਦੀ ਆ, ਉਹ ਬੁੱਕ ਨੂੰ ਅਸੀਂ ਪੜ੍ਹ ਕੇ ਉਹਨੂੰ ਦੇਖਦੇ ਹਾਂ ਵੀ ਇਹਦਾ ਫਲਾਨਾ ਇੰਜਨ ਕਿੱਥੇ, ਇਹਦੇ ਵਿੱਚ ਆ ਕੋਈ ਨੁਕਸ ਪੈ ਜਾਵੇ, ਆ ਹੋ ਜਾਵੇ, ਅਤੇ ਆਪਾਂ ਬੁੱਕ ਨੂੰ ਪੜ੍ਹ ਕੇ ਆਪਾਂ ਉਹਦੇ ਉੱਤੇ ਗੌਰ ਕਰਕੇ ਆਪਾਂ ਉਹਦੇ ਵਿੱਚ ਉਹਦਾ ਪਾਣੀ, ਉਹਦਾ ਤੇਲ, ਸਾਰਾ ਕੁਛ ਆਪਾਂ ਦੇਖ ਕੇ ਚੈੱਕ ਕਰਦੇ ਹਾਂ ਉਹ ਬੁੱਕ ਨੂੰ ਪੜ੍ਹ ਕੇ, ਅਤੇ ਆਪਾਂ ਉਹਦੇ ਵਿੱਚ ਪਾਉਂਦੇ ਹਾਂ ਅਤੇ ਗੱਡੀ ਜਿਹੜੀ ਠੀਕ ਰਹਿੰਦੀ ਆ। ਇਸੇ ਤਰ੍ਹਾਂ ਜਿਹੜੀ ਪਵਿੱਤਰ ਬਾਈਬਲ ਆ, ਇਹ ਪਰਮੇਸ਼ੁਰ ਦੀ ਜ਼ਿੰਦਗੀ ਲਈ ਇੱਕ ਮੈਨੂਅਲ ਆ, ਇਹ ਬੁੱਕ ਆ, ਇੱਕ ਇਸ ਤੋਂ ਬਗੈਰ ਇਨਸਾਨ ਅਧੂਰਾ ਆ ਭੈਣ ਅਤੇ ਭਾਈਓ। ਜਦੋਂ ਮੈਂ ਬੁੱਕ ਨੂੰ ਨਹੀਂ ਪੜ੍ਹਦਾ ਸੀ ਮੇਰੀ ਜ਼ਿੰਦਗੀ ਅਧੂਰੀ ਸੀ, ਪਰ ਜਿਸ ਦਿਨ ਮੈਂ ਇਸ ਬੱਚਨ ਨੂੰ ਪੜ੍ਹਿਆ ਔਰ ਇਸ ਬੱਚਨ ਨੂੰ ਪੜ੍ਹਨਾ ਸ਼ੁਰੂ ਕੀਤਾ ਔਰ ਇਹਦੇ 'ਤੇ ਗੌਰ ਕੀਤਾ ਕਿ ਮੇਰੇ ਲਈ ਆ, ਇਹ ਮੇਰੀ ਜ਼ਿੰਦਗੀ ਦੇ ਲਈ ਆ ਔਰ ਇਹ ਮੇਰੀ ਜ਼ਿੰਦਗੀ 'ਚ ਕੰਮ ਕੀਤਾ, ਅੱਜ ਵੀ ਮੈਂ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦੀ ਗਵਾਹੀ ਦਿੰਦਾ ਹਾਂ, ਕਿਉਂਕਿ ਉਹ ਤੁਹਾਨੂੰ ਕੋਈ ਭੈਣ ਭਾਈ ਆਊਗਾ ਉਹ ਤੁਹਾਡੇ ਲਈ ਥੋੜ੍ਹਾ ਚਿਰ ਤੁਹਾਨੂੰ ਤਸੱਲੀ ਦੇ ਕੇ ਚੱਲ ਜਾਊਗਾ, ਤੁਹਾਡੇ ਕੋਲ ਥੋੜ੍ਹਾ ਚਿਰ ਬੈਠੂਗਾ, ਘੰਟਾ ਬਹਿ ਸਕਦਾ, 2 ਘੰਟੇ ਬਹਿ ਸਕਦਾ, ਤੁਹਾਡੇ ਕੋਲ 1 ਦਿਨ ਰਹਿ ਸਕਦਾ, 2 ਦਿਨ ਰਹਿ ਸਕਦਾ, ਪਰ ਤੁਹਾਨੂੰ ਫਿਰ ਵੀ ਇਕੱਲੇ ਰਹਿਣਾ ਪਊਗਾ। ਪਰ ਜਿਸ ਵੇਲੇ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹੋਗੇ ਤਾਂ ਸੰਬੋਡੀ ਵਿਦ ਯੂ, ਕੋਈ ਤੁਹਾਡੇ ਨਾਲ ਆਊਗਾ ਜਿਹੜਾ ਤੁਹਾਡੀ ਮਦਦ ਕਰੂਗਾ, ਜਿਹੜਾ ਤੁਹਾਡੇ ਤੁਸੀਂ ਉਹਨੂੰ ਦੇਖ ਨਹੀਂ ਸਕਦੇ ਪਰ ਉਹ ਤੁਹਾਡੇ ਨਾਲ ਹੋਊਗਾ, ਉਹ ਤੁਹਾਡੇ ਨਾਲ ਧੀਮੀ ਆਵਾਜ਼ ਦੇ ਵਿੱਚ ਗੱਲ ਕਰੂਗਾ, ਮੇਰੇ ਬੇਟੇ, ਮੇਰੀ ਬੇਟੀ, ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ, ਮੈਂ ਤੈਨੂੰ ਆਸ਼ੀਸ਼ ਦੇਣੀ ਚਾਹੁੰਦਾ, ਮੈਂ ਤੈਨੂੰ ਸ਼ਿਫਾ ਦੇਣੀ ਚਾਹੁੰਦਾ ਹਾਂ। ਇਹ ਬਚਨ ਦੇ ਵਿੱਚ ਜ਼ਿੰਦਗੀ ਆ, ਇਸ ਲਈ ਭੈਣ ਅਤੇ ਭਾਈਓ ਇਹ ਮੇਰੀ ਪਰਸਨਲ ਗਵਾਹੀ ਆ, ਮੈਂ ਉਹ ਗੱਲਾਂ ਕਰਦਾ ਜਿਹੜੀਆਂ ਮੇਰੀ ਜ਼ਿੰਦਗੀ 'ਚ ਹੋਈਆਂ, ਇਹ ਐਕਸਪੀਰੀਅੰਸ ਹੈ ਮੇਰਾ, ਇਹ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਔਰ ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ। ਆਮੇਨ, ਆਮੇਨ। ਬ੍ਰਦਰ ਰਤਨ ਜੀ, ਬਹੁਤ ਬਹੁਤ ਮਿਹਰਬਾਨੀ ਔਰ ਬੜੇ ਜੋਸ਼ ਨਾਲ ਔਰ ਬੜੀ ਪਵਿੱਤਰ ਆਤਮਾ ਨਾਲ ਤੁਸੀਂ ਕਲਾਮ ਸੁਣਾਇਆ ਹੈਗਾ। ਮੇ ਗੋਡ ਬਲੈਸ ਯੂ, ਥੈਂਕ ਯੂ ਸੋ ਮੱਚ ਫੋਰ ਕਮਿੰਗ। ਥੈਂਕ ਯੂ ਪਾਸਟਰ ਚਰਨਜੀ। ਥੈਂਕ ਯੂ ਬ੍ਰਦਰ ਰਤਨ ਜੀ, ਮੇ ਗੋਡ ਬਲੈਸ ਯੂ। ਮੇਰੇ ਭੈਣ, ਮੇਰੇ ਭਰਾ, ਖੁਦਾ ਦੇ ਵਚਨ ਸਾਨੂੰ ਦੱਸਦਾ ਹੈਗਾ ਮਤੀ ਦੀ ਇੰਜੀਲ 28:18-20 ਐਤ ਦੇ ਵਿੱਚ, ਐਂਡ ਜੀਸਸ ਕੇਮ ਐਂਡ ਸਪੋਕ ਟੂ ਦਮ ਸੇਇੰਗ, ਆਲ ਅਥਾਰਿਟੀ ਹੈਜ਼ ਬੀਨ ਗਿਵਨ ਟੂ ਮੀ ਇਨ ਹੈਵਨ ਐਂਡ ਔਨ ਅਰਥ, ਗੋ therefore and make disciples of all nations, baptizing them in the name of the Father and of the Son and of the Holy Spirit, teaching them to observe all things that I have commanded you, and lo, I am with you always, even to the end of age. Amen. Khudavan brother Ratan ji nu bahut barkat deve, prabhu inna de kam nu hor vi vadave. Bas in nahi time ya, shukriya, meherbani, thank you for joining me. Until next time, jai masih ki. Yaad rakhna ਕਿ ਨੋਟੀਫਿਕੇਸ਼ਨਸ ਨੂੰ ਔਨ ਕਰ ਲੈਣਾ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਅਗਲੇ ਪ੍ਰੋਗਰਾਮ ਨੂੰ ਮਿਸ ਨਹੀਂ ਕਰਨਾ। ਦੇਖਦੇ ਰਹੋ ਔਰ ਬਰਕਤ ਪਾਓ। ਜੈ ਮਸੀਹ ਕੀ।